ਵੀ ਪੈਸੇ ਦੀ ਬੱਚਤ ਹੋਈ ਆ ਉਹਦੇ ਨਾਲ ਆਪਾਂ ਐਕਤੀ 13x7 ਦਾ ਮਰਹਾਣੇ ਟਰਾਲਾ ਬਣਾਇਆ 2.5 ਲੱਖ ਦਾ। ਮੇਰਾ 35,000 ਦੇ ਲਗਭਗ ਜਿਹੜਾ ਮਤਲਬ ਉਹਦੇ 'ਚ ਡਿਫਰੈਂਸ ਆ ਜਿਹੜਾ ਪਿਛਲੇ ਸਾਲ ਤੋਂ ਅਤੇ ਐਤਕੀ। ਪੈਸੇ ਸਾਡੇ ਫਰੀ ਆ, ਜਿਹੜੀ ਰੇਹ ਵਾਲੀ ਉਹ ਹੈਗੀ ਆਪਣੀ 22 ਕਿੱਲੇ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਦਬੜੀ ਖਾਨਾ ਤੁਹਾਡੇ ਆਪਣੇ ਯੂਟਿਊਬ ਚੈਨਲ ਨੈਚੁਰਲ ਫਾਰਮਿੰਗ ਕੁਦਰਤੀ ਖੇਤੀ ਤੋਂ। ਦੋਸਤੋ, ਆਪਾਂ ਆਪਣੇ ਇਸ ਚੈਨਲ ਦੇ ਮਾਧਿਅਮ ਨਾਲ ਇੱਕ ਜਾਗਰੂਕਤਾ ਮੁਹਿੰਮ ਚਲਾਈ ਹੋਈ ਆ ਪਿਛਲੇ 1 ਵਰ੍ਹੇ ਤੋਂ ਕਿ ਝੋਨੇ ਦੀ ਖੇਤੀ, ਕਣਕ ਦੀ ਖੇਤੀ ਬਿਲਕੁਲ ਪੈਸਟੀਸਾਈਡ ਫਰੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਅਤੇ ਉਹਦੇ ਤਹਿਤ ਮੈਂ ਲਗਾਤਾਰ ਵੀਡੀਓਜ਼ ਦੇ ਨਾਲ ਇਨਫੋਰਮੇਸ਼ਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਾ ਰਹਿੰਦਾ। ਅਤੇ ਉਸ ਜਾਣਕਾਰੀ ਦੇ ਉੱਤੇ ਭਰੋਸਾ ਕਰਦੇ ਹੋਏ ਪੰਜਾਬ ਦੇ ਵਿੱਚ ਸੈਂਕੜੇ ਕਿਸਾਨਾਂ ਨੇ ਆਪਣੇ ਖੇਤੀ ਨੂੰ ਜਿਹੜਾ ਹੈਗਾ ਪੈਸਟੀਸਾਈਡ ਮੁਕਤ ਕੀਤਾ। ਉਹਨਾਂ ਨੇ ਝੋਨੇ ਦੀ ਖੇਤੀ ਦੇ ਵਿੱਚ ਹਰ ਤਰ੍ਹਾਂ ਦੇ ਦਾਣੇਦਾਰ ਜ਼ਹਿਰ, ਹਰ ਤਰ੍ਹਾਂ ਦੇ ਤਰਲ ਕੀਟਨਾਸ਼ਕ ਅਤੇ ਫੰਗੀਸਾਈਡ ਵਰਤਣੇ ਬੰਦ ਕਰ ਦਿੱਤੇ ਆ। ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਪੰਜਾਬ ਦੇ ਵਿੱਚੋਂ। ਅਤੇ ਇਹਦੇ ਕਰਕੇ ਪੰਜਾਬ ਭਰ ਦੇ ਵਿੱਚ ਜਿਹੜਾ ਕਿਸਾਨਾਂ ਦੇ ਜਿੱਥੇ ਕਰੋੜਾਂ ਰੁਪਏ ਬਚੇ ਆ, ਉੱਥੇ ਹੀ ਧਰਤੀ ਦੇ ਉੱਪਰ ਉਹਨਾਂ ਕਰੋੜਾਂ ਰੁਪਇਆਂ ਦੇ ਖਰੀਦੇ ਹੋਏ ਹਜ਼ਾਰਾਂ ਲੱਖਾਂ ਲੀਟਰ ਜ਼ਹਿਰ ਜਿਹੜੇ ਹੈਗੇ ਆ ਉਹ ਪੈਣੇ ਬੰਦ ਹੋਏ ਆ, ਜਿਹਦਾ ਕਿ ਬਹੁਤ ਵੱਡਾ ਜਿਹੜਾ ਲਾਭ ਆ ਸਾਨੂੰ, ਸਾਡੇ ਵਾਤਾਵਰਨ ਨੂੰ, ਸਾਡੀਆਂ ਸਿਹਤਾਂ ਪੱਖੋਂ ਹੋਣ ਜਾ ਰਿਹਾ। ਅਤੇ ਇਹਦਾ ਇੱਕ ਵੱਡਾ ਨੁਕਸਾਨ ਉਹਨਾਂ ਪੈਸਟੀਸਾਈਡ ਕੰਪਨੀਆਂ ਨੂੰ ਹੋ ਰਿਹਾ ਜਿਨ੍ਹਾਂ ਦੇ ਕਰਕੇ ਅਸੀਂ ਜਿਹੜੇ ਹੈਗੇ ਆ ਕੈਂਸਰਾਂ ਸ਼ੂਗਰਾਂ ਦੇ ਨਾਲ ਜੂਝ ਰਹੇ ਹਾਂ, ਨਾ ਮੁਰਾਦ ਬਿਮਾਰੀਆਂ ਦੇ ਨਾਲ ਜੂਝ ਰਹੇ ਹਾਂ। ਅਤੇ ਸਾਡੀ ਧਰਤੀ ਜਿਹੜੀ ਹੈਗੀ ਆ ਬਰਬਾਦ ਹੋ ਕੇ ਬੰਜਰ ਹੋਣ ਵੱਲ ਵੱਧ ਚੱਲੀ ਆ। ਮੇਰੇ ਨਾਲ ਅੱਜ ਇਸ ਵੇਲੇ ਮੌਜੂਦ ਨੇ ਉਹਨਾਂ ਸੈਂਕੜੇ ਕਿਸਾਨਾਂ ਦੇ ਵਿੱਚੋਂ ਕੁਝ 10-12 ਕਿਸਾਨ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਅੱਜ ਇੱਥੇ ਆਏ ਹੋਏ ਆ। ਭਗਤੇ ਭਾਈ ਕੇ ਸਾਡਾ ਕੈਂਪ ਸੀਗਾ, ਕੁਦਰਤੀ ਖੇਤੀ ਟ੍ਰੇਨਿੰਗ ਕੈਂਪ, ਅਤੇ ਇਸ ਕੈਂਪ ਦੇ ਵਿੱਚ ਇਹ ਆਏ ਹੋਏ ਸੀ। ਅਤੇ ਹੁਣ ਮੈਂ ਇਹਨਾਂ ਨੂੰ ਤੁਹਾਡੇ ਰੂਬਰੂ ਕਰਾਂਗਾ। ਸਭ ਤੋਂ ਪਹਿਲਾਂ ਮਿਲਦੇ ਹਾਂ ਸਰਦਾਰ ਨਿਰਮਲਜੀਤ ਸਿੰਘ ਭਗਤਾ ਭਾਈਕਾ ਨੂੰ। ਇਹਨਾਂ ਨੇ ਪਿਛਲੇ 2-3 ਵਰ੍ਹਿਆਂ ਤੋਂ ਪੈਸਟੀਸਾਈਡ ਹਰ ਤਰ੍ਹਾਂ ਦੇ ਆਪਣੀ ਖੇਤੀ ਦੇ ਵਿੱਚ ਬੰਦ ਕੀਤੇ ਹੋਏ ਆ, ਤਾਂ ਇਹਨਾਂ ਦਾ ਤਜਰਬਾ ਸਾਂਝਾ। ਨਿਰਮਲ ਜੀ, ਤੁਸੀਂ ਆਪਣਾ ਪੂਰਾ ਤਜਰਬਾ ਸਾਂਝਾ ਕਰੋ ਸਾਰੇ ਦਰਸ਼ਕਾਂ ਨਾਲ। ਹਾਂਜੀ, ਮੈਂ ਤੁਹਾਡੀ ਯੂਟਿਊਬ ਵੇਖ ਕੇ ਤੁਹਾਡੇ ਨਾਲ 13 ਤੋਂ ਕੁਦਰਤੀ ਖੇਤੀ ਸ਼ੁਰੂ ਕਰਕੇ ਪਤਾ ਲੱਗ ਗਿਆ। 3 ਸਾਲ ਹੋ ਗਏ ਜੋ ਪੈਸਟੀਸਾਈਡ ਆਪਾਂ ਬੰਦ ਕੀਤੀ ਆ। ਪੈਸਟੀਸਾਈਡ ਬੰਦ ਕਰਨ ਮਿੱਤਰ ਕੀੜੇ ਵਧੇ ਆ, ਅਤੇ ਹੋਰ ਦੁਸ਼ਮਣ ਕੀੜਾ ਕੋਈ ਨਹੀਂ ਆਇਆ। ਜੇ ਕੋਈ ਆਉਂਦਾ ਵੀ ਆ ਮਾੜਾ ਮੋਟਾ ਤਾਂ ਮਿੱਤਰ ਕੀੜੇ ਛੱਕ ਜਾਂਦੇ। ਤੁਸੀਂ ਕਿੰਨੀ ਕੁਦਰਤੀ ਖੇਤੀ ਕਰਦੇ ਹੋ ਅਤੇ ਕਿੰਨੀ ਪੈਸਟੀਸਾਈਡ? ਕੁਦਰਤੀ ਖੇਤੀ ਵੀਰ ਜੀ ਹੁਣ 7 ਕਿੱਲੇ ਹੋ ਜਾਣਗੇ, ਸਣੇ ਪੱਠੇ, ਸਣੇ ਗੰਨਾ, ਸਣੇ ਸਬਜ਼ੀ ਸਾਰਾ ਕੁਛ, ਅਤੇ ਬਾਕੀ ਪੈਸਟੀਸਾਈਡ ਦੂਜੀ ਪੈਸਟੀਸਾਈਡ ਫਰੀ ਆ ਜਿਹੜੀ ਰੇਹ ਵਾਲੀ ਉਹ ਹੈਗੀ ਆਪਣੀ 22 ਕਿੱਲੇ। 22 ਕਿੱਲੇ, ਅਤੇ ਇਹ ਜਿਹੜੇ 22 ਕਿੱਲੇ ਪੈਸਟੀਸਾਈਡ ਫਰੀ ਆ ਕਿੰਨੇ ਸਾਲਾਂ ਤੋਂ? ਇਹ 3 ਸਾਲ ਹੋ ਗਏ ਜੀ। ਕਿੰਨੇ ਪੈਸੇ ਤੁਹਾਡੇ ਹਰ ਸੀਜ਼ਨ ਬਚ ਜਾਂਦੇ ਆ? ਸੀਜ਼ਨ ਮੰਨ ਕੇ ਚੱਲੋ ਜੀ ਐਰਕੀ 6,000 ਕਿੱਲਾ ਔਸਤ, ਅਤੇ ਅੱਗੇ ਜਾਣੀ 8-9,000 ਰੁਪਇਆ ਕਿੱਲਾ ਸਪਰੇਅ ਦਾ ਦੂਜੇ ਕਿਸਾਨ ਮੌਜੂਦ ਨੇ ਮੇਰੇ ਨਾਲ, ਗੁਰਜੀਵਨ ਸਿੰਘ ਜੀ ਕੋਹਾਲਾ, ਇਹ ਜ਼ਿਲ੍ਹਾ ਫਿਰੋਜ਼ਪੁਰ ਆ, ਨਿਰਮਲਜੀਤ ਜੀ ਦਾ ਜ਼ਿਲ੍ਹਾ ਬਠਿੰਡਾ ਅਤੇ ਪਿੰਡ ਭਗਤਾ ਭਾਈ ਦਾ। ਗੁਰਜੀਵਨ ਜੀ, ਤੁਸੀਂ ਕੋਹਾਲਾ ਫਿਰੋਜ਼ਪੁਰ ਤੋਂ? ਹਾਂਜੀ। ਅਤੇ ਤੁਸੀਂ ਕਦੋਂ ਤੋਂ ਪੈਸਟੀਸਾਈਡ ਫਰੀ ਖੇਤੀ ਸ਼ੁਰੂ ਕੀਤੀ ਹੈ,
ਕਿਉਂ ਕੀਤੀ ਆ ਤੇ ਕਿੰਨੇ ਰਕਬੇ ਚ ਕਰਦੇ ਹੋ ਤੇ ਤੁਹਾਡਾ ਕਿੰਨਾ ਪੈਸਾ ਬਚ ਰਿਹਾ ਇਸ ਸੀਜ਼ਨ ਚ? ਕਿੰਨਾ ਬਚਿਆ ਇਸ ਸੀਜ਼ਨ ਦੇ ਵਿੱਚ? ਆਪਣੇ ਝੋਨੇ ਦੇ ਵਿੱਚ ਕੱਟ ਆਪਣਾ ਪੈਸਟੀਸਾਈਡ ਯੂਜ਼ ਹੁੰਦਾ ਸੀ ਜਦੋਂ ਡੈਡੀ ਹੋਣੀ ਪਹਿਲਾਂ ਖੇਤੀ ਕਰਦੇ ਸੀ, 80,000 ਦੇ ਕਰੀਬ ਮਤਲਬ ਸਾਰਾ ਪੈਸਟੀਸਾਈਡ ਪੈ ਜਾਂਦਾ ਸੀ, ਤੋ ਬਿਲਕੁਲ 100% ਬਚ ਗਿਆ ਜੀ ਆਪਣਾ ਇਸ ਵਾਰ। ਤੇ ਜੋ ਕਣਕ 'ਤੇ ਵੀ ਯੂਜ਼ ਹੁੰਦਾ ਸੀਗਾ, ਕਣਕ ਵੀ ਬਿਲਕੁਲ ਆਪਾਂ ਪੈਸਟੀਸਾਈਡ ਫ੍ਰੀ ਕੀਤੀ ਸੀ, ਉਹਦੇ 'ਤੇ ਵੀ ਆਪਣਾ ਸਾਰੇ ਜਿੰਨੇ ਪੈਸੇ ਖਰਚ ਹੁੰਦਾ ਆ ਉਹ ਵੀ ਸਾਰਾ ਬਚਿਆ। ਉਸ ਤੋਂ ਪਿਛਲੇ ਸਾਲ ਪੈਸਟੀਸਾਈਡ ਦੇ ਮਤਲਬ ਅੱਧੇ ਪੈਸੇ ਪਿਛਲੇ ਸਾਲ ਵੀ ਬਚੇ ਆ, 40,000 ਰੁਪਇਆ ਝੋਨੇ 'ਤੇ ਪਿਛਲੇ ਸਾਲ ਵੀ ਅਸੀਂ ਬਚਾਇਆ ਸੀਗਾ। ਅਤੇ 2 ਸਾਲ ਤੋਂ ਬਾਈ ਜੀ ਨੇ ਯੂਟਿਊਬ 'ਤੇ ਵੀਡੀਓ ਦੇਖ ਕੇ ਅਤੇ ਇਹਨਾਂ ਦੇ ਨਾਲ ਸੰਪਰਕ ਹੋਇਆ, ਉਸ ਤੋਂ ਬਾਅਦ ਵਿੱਚ ਅਸੀਂ ਪੈਸਟੀਸਾਈਡ ਫ੍ਰੀ ਮਤਲਬ ਝੋਨਾ ਜਾਂ ਹੋਰ ਕਣਕ ਜਾਂ ਹੋਰ ਬਾਕੀ ਫਸਲਾਂ ਸ਼ੁਰੂ ਕੀਤੀਆਂ ਸੀਗੀਆਂ ਜੀ। ਕੁੱਲ ਮਿਲਾ ਕੇ ਫਾਇਦਾ? ਫਾਇਦਾ ਜੀ ਬਹੁਤ ਜ਼ਿਆਦਾ। ਆਮ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ? ਕਿਸਾਨਾਂ ਨੂੰ ਤਾਂ ਇਹੀ ਕਹਿਣਾ ਚਾਹਾਂਗੇ ਜੀ ਕਿ ਝਾੜ ਦੇ ਵਿੱਚ ਕੋਈ ਖਾਸ ਫਰਕ ਨਹੀਂ ਪੈਂਦਾ ਜੀ, ਅਤੇ ਤੁਹਾਡੇ ਉਦੋਂ ਜੇ ਵੱਧ ਤੁਹਾਡੇ ਪੈਸੇ ਵੱਧ ਜਾਂਦੇ ਆ, ਇਸ ਕਰਕੇ ਤੁਸੀਂ ਪੈਸਟੀਸਾਈਡ ਫ੍ਰੀ ਝੋਨੇ ਵੱਲ ਜਾਂ ਹੋਰ ਜੋ ਵੀ ਫਸਲਾਂ ਤੁਸੀਂ ਕਰਨੀਆਂ ਚਾਹੁੰਦੇ ਹੋ ਕਰੋ। ਅਤੇ ਜਦੋਂ ਤੁਸੀਂ ਪੈਸਟੀਸਾਈਡ ਫ੍ਰੀ ਦੀ ਗੱਲ ਕਰਦੇ ਹੋ ਤਾਂ ਕੀ ਬੰਦ ਕਰਤਾ ਜਿਹੜਾ ਪਹਿਲਾਂ ਪਾਉਂਦੇ ਸੀ ਅਤੇ ਹੁਣ ਪਾਇਆ ਨੇ? ਉਹਦੇ ਵਿੱਚ ਸਾਡੀਆਂ ਜੀ ਇੱਕ ਤਾਂ ਫੰਗੀਸਾਈਡ ਦਵਾਈਆਂ ਆ ਜਾਂਦੀਆਂ ਜੀ, ਜਿੰਨੀਆਂ ਵੀ ਆਪਾਂ ਫੰਗੀਸਾਈਡ ਯੂਜ਼ ਕਰਦੇ ਹਾਂ ਉਹ ਆ ਜੀ, ਅਤੇ ਇਨਸੈਕਟੀਸਾਈਡ ਆ, ਅਤੇ ਜੋ ਵੀ ਇਨਸੈਕਟੀਸਾਈਡ ਦੇ ਵਿੱਚ ਯੂਜ਼ ਹੁੰਦਾ ਆ, ਚਾਹੇ ਦਾਣੇਦਾਰ ਜ਼ਹਿਰਾਂ ਅਤੇ ਚਾਹੇ ਤਰਲ ਜੋ ਵੀ ਤੁਸੀਂ ਯੂਜ਼ ਕਰਦੇ ਹੋ, ਇਹ ਸਾਰਾ ਕੁਝ ਉਹਦੇ ਵਿੱਚ ਪੈਸਟੀਸਾਈਡ ਫ੍ਰੀ ਦੇ ਵਿੱਚ ਆ ਜਾਂਦਾ ਜੀ। ਜੀ ਸੋ ਦੋਸਤੋ, ਅਗਲੇ ਕਿਸਾਨ ਸਰਦਾਰ ਦਵਿੰਦਰ ਸਿੰਘ, ਪਿੰਡ ਹਰੀਏਵਾਲਾ, ਜ਼ਿਲ੍ਹਾ ਮੋਗਾ। ਇਹਨਾਂ ਨੇ ਇਸੇ ਸੀਜ਼ਨ ਤੋਂ ਆਪਣੇ ਨਾਲ ਜੁੜਿਆ ਅਤੇ ਇਸੇ ਸੀਜ਼ਨ ਤੋਂ ਆਪਣੇ ਉੱਤੇ ਭਰੋਸਾ ਕਰਕੇ ਇਹਨਾਂ ਨੇ ਆਪਣੀ ਖੇਤੀ ਪੈਸਟੀਸਾਈਡ ਫ੍ਰੀ ਕੀਤੀ ਆ। ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਨ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ, ਤੁਸੀਂ ਕਿੰਨੇ ਰਕਬੇ 'ਚ ਪੈਸਟੀਸਾਈਡ ਫ੍ਰੀ ਖੇਤੀ ਸ਼ੁਰੂ ਕੀਤੀ ਹੈ? ਕਿੰਨੇ ਸਮੇਂ ਤੋਂ ਕੀਤੀ ਆ, ਕਿਉਂ ਕੀਤੀ ਆ ਅਤੇ ਤੁਹਾਡੇ ਕਿੰਨੇ ਕੁ ਪੈਸੇ ਬਚੇ ਆ? ਵੀਰ ਜੀ, ਇਸ ਵਾਰ ਝੋਨੇ ਦੇ ਸੀਜ਼ਨ ਤੋਂ ਅਸੀਂ ਜਿਹੜੀ ਆ ਕੈਮੀਕਲ ਜਿਹੜੀ ਫ੍ਰੀ ਖੇਤੀ ਜਿਹੜੀ ਹੈ, ਪੈਸਟੀਸਾਈਡ ਫ੍ਰੀ ਜਿਹੜੀ ਖੇਤੀ ਆ, ਇਹ ਸ਼ੁਰੂ ਕੀਤੀ ਆ। ਉਸ ਤੋਂ ਪਹਿਲਾਂ ਸਾਨੂੰ ਤਕਰੀਬਨ, ਮੈਂ ਕਹਿ ਦੇਵਾਂ ਕਿ ਮੈਂ ਖੇਤੀ ਆਪ ਕਰਦਾ ਹੀ ਨਹੀਂ ਸੀ ਤੋਂ ਪਹਿਲਾਂ। ਇੱਕ ਹਾਲਾਤ ਬਣ ਗਏ, ਮੈਨੂੰ ਆਪਣੀ ਖੇਤੀ ਆਪ ਕਰਨੀ ਪਈ, ਅਤੇ ਜਦੋਂ ਮੈਂ ਉਹ ਖੇਤੀ ਦੇ ਕਰਦਿਆਂ ਸ਼ੁਰੂਆਤ ਝੋਨਾ ਲਾਇਆ, ਅਤੇ ਮੈਂ ਗੁਰਪ੍ਰੀਤ ਸਿੰਘ ਦਬੜੀਖਾਨਾ ਦੀ ਯੂਟਿਊਬ 'ਤੇ ਵੀਡੀਓ ਸੁਣੀ, ਅਤੇ ਉਦੋਂ ਮੇਰੇ ਮਨ ਦੇ ਵਿੱਚ ਕੁਛ ਇਹੋ ਜਿਹੇ ਸੋਚ ਪੈਦਾ ਹੋਈ ਕਿ ਅਸੀਂ ਆਰਥਿਕ ਤੌਰ 'ਤੇ ਤਾਂ ਨੁਕਸਾਨ ਠਾ ਹੀ ਰਹੇ ਹਾਂ, ਕਿਉਂਕਿ 3 ਤੋਂ 4 ਹਜ਼ਾਰ ਰੁਪਈਆ ਪ੍ਰਤੀ ਏਕੜ ਅਸੀਂ ਜਿਹੜਾ ਉਹ ਦਵਾਈਆਂ ਵਾਲਿਆਂ ਨੂੰ, ਜੋ ਕੰਪਨੀਆਂ ਵਾਲੇ, ਉਹਨਾਂ ਨੂੰ ਦੇ ਰਹੇ ਹਾਂ। ਉਹ ਤੋਂ ਅੱਗੇ ਇਹਨਾਂ ਨੇ ਇੱਕ ਵੀਡੀਓ ਪਾਈ ਸੀ ਵੀ ਸਾਡੀ ਜ਼ਮੀਨ ਵੀ ਗਈ, ਸਾਡਾ ਝੋਨਾ ਨਹੀਂ ਚੱਲਿਆ, ਸਾਡੀ ਜ਼ਮੀਨ ਵੀ ਚੱਲੀ ਆ। ਉਹ ਤੋਂ ਵੀ ਮੈਂ ਕੱਲ੍ਹ ਇੱਕ ਹੋਰ ਇਹਨੂੰ ਨਾਲ ਇਹਨਾਂ ਨੇ ਪਾਇਆ ਵੀ ਜ਼ਮੀਨ ਦੇ ਨਾਲ ਨਾਲ ਸਾਡੀ ਜਿਹੜੀ ਆ ਜਨਰੇਸ਼ਨ ਹੈ ਇਹ ਵੀ ਚੱਲੀ ਆ। ਹੁਣ ਆਰਥਿਕ ਨੁਕਸਾਨ ਵੀ ਅਸੀਂ ਝੱਲ ਸਕਦੇ ਹਾਂ, ਕਈ ਵਾਰੀ ਸਾਡਾ ਕੋਈ ਮਰੀਜ਼ ਬਿਮਾਰ ਹੁੰਦਾ, ਅਸੀਂ ਜ਼ਮੀਨ ਵੇਚ ਕੇ ਵੀ ਉਹ 'ਤੇ ਲਾ ਦਿੰਦੇ, ਪਰ ਜਦੋਂ ਜਿਹੜਾ ਸਾਡਾ ਘਰ ਦਾ ਪਰਿਵਾਰ ਆ ਉਹ ਹੀ ਅੱਜ ਦਾਅ 'ਤੇ ਲੱਗ ਗਿਆ, ਅਤੇ ਸਾਨੂੰ ਫਿਰ ਇਹੋ ਜਿਹੀ ਖੇਤੀ ਨਾਲੋਂ, ਅਸੀਂ ਕਹਿੰਦੇ ਸੀ ਵੀ ਸਾਨੂੰ ਕੋਈ ਇਹੋ ਜਿਹੀ ਖੇਤੀ, ਜ਼ਹਿਰ ਮੁਕਤ ਖੇਤੀ, ਜਦੋਂ ਇਹਨਾਂ ਦੀਆਂ ਯੂਟਿਊਬ 'ਤੇ ਵੀਡੀਓ ਸੁਣੀਆਂ ਅਤੇ ਸਾਨੂੰ ਕਾਫੀ ਉਹਨਾਂ ਨੇ ਪ੍ਰਭਾਵਿਤ ਕੀਤਾ। ਇਸ ਵਾਰ ਮੈਂ ਜਦੋਂ ਇਹਨਾਂ ਨਾਲ ਗੱਲ ਕੀਤੀ, ਪਹਿਲਾਂ ਯੂਟਿਊਬ 'ਤੇ ਸੁਣਦਾ ਰਿਹਾ, ਉਹ ਤੋਂ ਬਾਅਦ ਜਦੋਂ ਮੈਂ ਗੱਲ ਕੀਤੀ, ਮੈਂ 13:45 ਪਾਉਣੀ ਆ, ਅਤੇ ਮੈਨੂੰ ਇਹਨਾਂ ਨੇ ਕਿਹਾ ਕਾਹਦੇ ਵਾਸਤੇ ਪਾਉਣੀ ਆ, ਅਤੇ ਮੈਂ ਇਹਨਾਂ ਨੂੰ ਇੱਕੋ ਗੱਲ ਕੀ, ਮੈਂ ਕਿਹਾ ਯਾਰ ਝੋਨੇ ਨੂੰ ਥੋੜ੍ਹਾ ਜਿਹਾ ਨਾ ਉਹ ਫੋਗ ਫਾਗ ਪੈ ਜਾਂਦੀ ਆ ਸਟਰੋਂਗ ਕਰਨ ਵਾਸਤੇ, ਅਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਉਹ ਤੋਂ ਬਾਅਦ ਅਸੀਂ ਤਕਰੀਬਨ ਪਾਥੀਆਂ ਦਾ ਪਾਣੀ, ਉਹਦੀ ਸਪਰੇਅ, ਅੱਕ ਅਤੇ ਨਿੰਮ ਉਹਦੀ ਸਪਰੇਅ ਕੀਤੀ, ਅਤੇ ਅੱਜ ਤੱਕ ਝੋਨੇ ਦੇ ਵਿੱਚ ਸਾਨੂੰ ਕੋਈ ਇਹੋ ਜਿਹੀ ਬਿਮਾਰੀ ਨਜ਼ਰ ਨਹੀਂ ਆ ਰਹੀ ਗੀ। ਇਸ ਕਰਕੇ ਵੀ ਸਭ ਤੋਂ ਵੱਡੀ ਗੱਲ ਆ, ਅੱਜ ਸਾਨੂੰ ਜਿਹੜੀ ਕੁਦਰਤੀ ਖੇਤੀ ਵਾਲੇ ਪਾਸੇ ਨੂੰ ਆਉਣਾ ਚਾਹੀਦਾ, ਕੈਮੀਕਲ ਤੋਂ ਵੀ ਅੱਗੇ ਆਉਣਾ ਚਾਹੀਦਾ। ਤੁਸੀਂ ਕਿੰਨੇ ਏਕੜ ਪੈਸਟੀਸਾਈਡ ਫ੍ਰੀ ਖੇਤੀ ਕੀਤੀ ਹੈ ਅਤੇ ਤੁਹਾਡੇ ਕਿੰਨੇ ਪੈਸੇ ਬਚ ਗਏ ਮੋਟੇ ਤੌਰ 'ਤੇ? 13 ਏਕੜ ਦੀ ਮੈਂ ਖੇਤੀ ਕਰਦਾ ਵੀਰ ਜੀ, ਤਕਰੀਬਨ 3 ਤੋਂ 4 ਹਜ਼ਾਰ ਇੱਕ ਏਕੜ ਦਾ ਮੇਰਾ ਖਰਚਾ ਹੁੰਦਾ ਸੀ, 5,000 ਰੁਪਇਆ ਘੱਟੋ ਘੱਟ ਬਚਿਆ। ਹਾਂ, 50 ਤੋਂ ਉੱਪਰ ਪਲੱਸ ਮਤਲਬ ਮੇਰਾ ਖਰਚਾ ਜਿਹੜਾ ਉਹ ਬਚਿਆ ਹੈਗਾ। 13-39
13 54 ਹਾਂਜੀ, ਤਾਂ 40 to 50 thousand ਦੇ ਵਿਚਾਲੇ ਤੁਹਾਡੇ ਪੈਸੇ ਦੀ ਬਚਤ ਹੋਈ ਹੈ। ਹਾਂਜੀ, ਖੁਸ਼ ਹੋ? ਬਿਲਕੁਲ ਜੀ, ਸੰਤੁਸ਼ਟ ਹਾਂ, ਖੁਸ਼ ਵੀ ਹਾਂ। ਔਰ ਇਹ ਕਹਿ ਦਈਏ ਕਿ ਸਾਨੂੰ ਇੱਕ ਨਵਾਂ ਇੱਕ ਸਵੇਰ ਜਿਵੇਂ ਨਵੀਂ ਕਿਰਨ ਵੀ ਜਾਗੀ ਆ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਰਿਵਾਰ ਦੇ ਵਿੱਚ ਜ਼ਹਿਰਾਂ ਸੀ ਜਿਹੜੀਆਂ ਉਹਨਾਂ ਤੋਂ ਵੀ ਪਰਿਵਾਰ ਬਚਾ ਲਿਆ ਆਪਦਾ। ਸੋ ਇਹ ਸਨ ਸਰਦਾਰ ਦਵਿੰਦਰ ਸਿੰਘ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਸਰਦਾਰ ਰਸ਼ਪਾਲ ਸਿੰਘ ਪਿੰਡ ਕਲਿਆਣ, ਇਹਨਾਂ ਦਾ ਜ਼ਿਲ੍ਹਾ ਵੀ ਬਠਿੰਡਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕਦੋਂ ਤੋਂ ਕਿੰਨੇ ਏਰੀਏ 'ਚ ਕਰਦੇ ਪਏ ਹੋ ਅਤੇ ਤੁਹਾਡੇ ਕਿੰਨੇ ਕੁ ਪੈਸੇ ਬਚਦੇ ਪਏ ਆ? ਭਾਈ ਮੈਂ ਪਿਛਲੇ 2 ਤੋਂ ਕਰ ਰਿਹਾ ਜੀ, ਮੈਂ ਕਰਦਾ 4 ਕਿੱਲਿਆਂ ਦੀ ਭਾਅ ਜੀ, ਬਾਕੀ ਬਾਂਹ ਠੇਕੇ 'ਤੇ ਹੁੰਦਾ ਅਤੇ 4 ਕਿੱਲੇ 2 ਤੋਂ ਬਿਲਕੁਲ ਜ਼ਹਿਰ ਮੁਕਤ ਹੁੰਦੇ ਜੀ ਆਪਣੇ, ਇਕੱਲਾ ਯੂਰੀਆ ਹੀ ਪਾਇਆ, ਕੋਈ ਦਾਣੇਦਾਰ ਦਵਾਈ ਨਹੀਂ, ਕੁਛ ਨਹੀਂ ਪਾਇਆ। ਅਤੇ ਤੁਹਾਡਾ ਝੋਨਾ ਦੂਜਿਆਂ ਦੇ ਮੁਕਾਬਲੇ ਥੱਲੇ ਆ ਕਿ ਉੱਤੇ ਆ? ਨਹੀਂ, ਬਹੁਤ ਵਧੀਆ ਜੀ, ਦੂਜਿਆਂ ਨੂੰ ਚੰਗਾ ਜੀ। ਚੰਗਾ, ਅਤੇ ਜੇ ਤੁਸੀਂ ਪੈਸਟੀਸਾਈਡ ਵਾਲਿਆਂ ਦੀ ਖੇਤੀ ਨੂੰ ਦੇਖੋ ਤਾਂ ਉਹਨਾਂ ਦੇ ਕਿੰਨੇ ਪੈਸੇ ਖਰਚ ਹੁੰਦੇ ਆ ਅਤੇ ਤੁਸੀਂ ਕਿੰਨੇ ਬਚਾ ਲਏ ਆ? ਉਹ ਦੇਖੋ ਜੀ, ਇਸ ਤਰ੍ਹਾਂ ਜਿਵੇਂ ਮੇਰੇ ਗੁਆਂਢੀ ਹੈਗੇ ਆ, ਉਹ ਤਾਂ ਮੇਰੇ ਖਿਆਲ 'ਚ ਦਵਾਈ ਦੇ ਉੱਤੇ ਹੀ 8,000 ਰੁਪਇਆ ਖਰਚ ਕਰ ਦਿੰਦੇ ਜੀ। ਅਤੇ ਮੇਰਾ ਇੱਕ DSR ਝੋਨਾ ਜੀ, ਮੈਂ ਡਾਇਰੈਕਟ ਬੀਜਿਆ ਸੀਗਾ, ਉਹਦੇ 'ਤੇ ਟੋਟਲ 500 ਰੁਪਇਆ ਖਰਚ ਹੋਇਆ ਸੀਗਾ ਬਿਜਾਈ ਕਰਨ ਲੱਗਿਆ ਜੀ। ਉਸ ਤੋਂ ਬਾਅਦ ਉਹਦੇ 'ਤੇ 2.5 ਘੰਟੇ ਯੂਰੀਆ ਪਾਇਆ ਅਤੇ ਬਾਕੀ ਕੁਛ ਨਹੀਂ ਪਾਇਆ ਜੀ ਉੱਤੇ। ਸੋ ਸਾਰੇ ਪੈਸੇ ਜਿਹੜੇ 3,000-4,000 ਰੁਪਇਆ ਕਿੱਲੇ ਦਾ ਪੈਸਟੀਸਾਈਡ 'ਤੇ ਇਹਨਾਂ ਨੇ ਖਰਚ ਕਰਨਾ ਸੀ, ਉਹ ਬਚਿਆ, ਮਤਲਬ 12,000 ਰੁਪਏ ਤੱਕ ਦੀ ਤੁਹਾਡੀ ਜਿਹੜੀ ਹੈ 12-15,000 ਦੀ ਬੱਚਤ ਹੋਈ ਹੈ। ਹਾਂਜੀ, ਸੋ ਦੋਸਤੋ ਇਹਨਾਂ ਦੀ ਵੀ ਬੱਚਤ ਹੋਈ ਹੈ। ਹੁਣ ਆਪਾਂ ਮਿਲਦੇ ਹਾਂ ਇਹ ਬਿਲਕੁਲ ਜਿਹੜਾ ਮੇਰਾ ਭਰਾ ਨੌਜਵਾਨ ਕਿਸਾਨ ਹੈ ਸਰਦੂਲ ਸਿੰਘ ਪਿੰਡ ਭਗਤਾ ਭਾਈਕਾ, ਇਹਨੇ ਮੈਨੂੰ ਲੱਗਦਾ ਕੈਮਰੇ 'ਤੇ ਆਇਆ ਨਹੀਂ ਕਦੇ, ਕੰਬੀ ਜਾਂਦਾ। ਤਾਂ ਜ਼ਿਲ੍ਹਾ ਬਠਿੰਡਾ ਹੀ ਇਹਨਾਂ ਦਾ, ਇਹਨਾਂ ਨੇ ਵੀ ਐਤਕੀ ਜਿਗਰਾ ਕੱਢਿਆ ਅਤੇ ਇਹਦੀ ਕਹਾਣੀ ਬੜੀ ਵੱਖਰੀ ਹੈ। ਭਾਅ ਜੀ ਕਿੰਨੇ ਏਕੜ ਖੇਤੀ ਕਰਦੇ ਤੁਸੀਂ? ਮੈਂ 4.5 ਏਕੜ ਖੇਤੀ ਕਰਦਾ। ਅਤੇ ਝੋਨਾ ਹੀ ਲੱਗਿਆ ਹੋਇਆ? ਝੋਨਾ ਹੀ ਲੱਗਿਆ ਵੀ। ਅਤੇ ਕਿੰਨਾ ਪੈਸਟੀਸਾਈਡ ਤੁਸੀਂ ਉਹਦੇ 'ਚ ਕਿੰਨਾ ਪਾਇਆ ਜਾਂ ਨਹੀਂ ਪਾਇਆ? ਮੈਂ ਇਹ ਕਿ 2.5 ਘੰਟੇ ਯੂਰੀਆ ਪਾਇਆ ਅਤੇ 10 ਕਿੱਲੋ ਜਿੰਕ ਕਿੱਲੇ ਦੇ ਹਿਸਾਬ ਨਾਲ, ਹੋਰ ਕੋਈ ਸਪਰੇਅ ਨਹੀਂ ਕੀਤੀ ਆਪਾਂ। ਅਤੇ ਤੁਹਾਡਾ ਦਿਲ ਨਹੀਂ ਡੋਲਿਆ? ਨਹੀਂ ਨਹੀਂ ਨਹੀਂ, ਕੋਈ ਡਰ ਨਹੀਂ। ਅੱਛਾ, ਜੇ ਤੁਸੀਂ ਪਿਛਲੇ ਸਾਲ ਦੇ ਮੁਕਾਬਲੇ ਦੱਸੋ ਤਾਂ ਐਤਕੀ ਤੁਹਾਡਾ ਕਿੰਨਾ ਖਰਚਾ ਬਚ ਗਿਆ? ਐਤਕੀ 1 ਕਿੱਲੇ ਮਗਰ ਮੇਰਾ 3,000 ਰੁਪਇਆ ਖਰਚਾ ਹੋ ਗਿਆ। 4 ਰੁਪਏ 12,000 ਸਾਢੇ 12,000 ਤੁਹਾਡਾ ਵੀ ਬਚਿਆ 12,000। ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪੈਸਟੀਸਾਈਡ ਨਾ ਪਾਉਣ ਕਰਕੇ? ਨਹੀਂ, ਕੋਈ ਸਮੱਸਿਆ ਨਹੀਂ ਆਈ, ਨਾ ਕੋਈ ਕੋਈ ਗੱਲ। ਦੋਸਤੋ ਇਹਨਾਂ ਨੇ 1/2 ਕਿੱਲਾ ਵੱਟਾਂ ਵਾਲਾ ਝੋਨਾ ਵੀ ਲਾਇਆ, 4 ਕਿੱਲੇ ਇਹਨਾਂ ਦਾ ਸਿੱਧਾ ਹੀ ਲੱਗਿਆ ਹੋਇਆ ਕੱਦੂ ਵਾਲਾ, ਪੈਸਟੀਸਾਈਡ ਕਿਸੇ 'ਚ ਵੀ ਨਹੀਂ ਪਾਇਆ ਗਿਆ, ਨਾ ਦਾਣੇਦਾਰ ਨਾ ਤਰਲ। ਆਪਾਂ 5 ਕਿਸਾਨਾਂ ਨਾਲ ਗੱਲ ਕਰ ਚੁੱਕੇ ਹਾਂ ਅਤੇ ਹੁਣ ਸਾਡੇ ਨਾਲ ਸਰਦਾਰ ਕੁਲਜਿੰਦਰ ਸਿੰਘ ਇਹ ਮੌਜੂਦ ਨੇ, ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਆਪਣੇ ਚੈਨਲ 'ਤੇ, ਇਹਨਾਂ ਨੇ ਵੀਡੀਓ ਵੀ ਦੇਖੀਆਂ ਹੋਈ। ਇਹਨਾਂ ਦਾ ਉਹ ਝੋਨਾ ਸੀ ਜਿਹਦੇ ਵਿੱਚ ਲੋਕ ਕਹਿੰਦੇ ਸੀ ਤੂੰ ਕਿਸਾਨ ਦਾ ਇੰਜਣ ਕਰਵਾ ਤਾ, ਵੀ ਕਿਸਾਨ ਨੂੰ ਕਰਵਾ ਤਾ, ਪੱਤਾ ਲਪੇਟਣੇ ਸਾਰੇ ਹੀ ਲਪੇਟਤਾ ਸੀ, ਅਤੇ ਬਾਵਜੂਦ ਉਹਦੇ ਉਹ 23 ਕੁਇੰਟਲ ਕਿੱਲੇ ਚੜ ਗਏ ਸੀ। ਅਤੇ ਇਹ ਅੱਜ ਵੀ ਪੈਸਟੀਸਾਈਡ ਫ੍ਰੀ ਖੇਤੀ ਕਰਦੇ ਆ, ਜੇ ਇਹਨਾਂ ਦਾ ਇੰਜਣ ਹੋਇਆ ਹੁੰਦਾ ਤਾਂ ਮੈਨੂੰ ਲੱਗਦਾ ਛੱਡ ਦਿੰਦਾ। ਕੀ ਕਹਿਣਾ? ਸੋ ਤੁਹਾਡੀ ਕਿੰਨੀ ਜ਼ਮੀਨ ਆ ਭਾਅ ਜੀ ਅਤੇ ਕਿੰਨੇ ਸਮੇਂ ਤੋਂ ਤੁਸੀਂ 30 ਕਿੱਲਿਆਂ ਦੀ ਖੇਤੀ ਕਰ ਰਹੇ? 26 ਕਿੱਲਿਆਂ ਦੀ ਝੋਨਾ ਅਤੇ ਔਰਗੈਨਿਕ ਮੇਰੇ ਕੋਲ ਹੈਗੀ 3.5-4 ਕਿੱਲੇ ਪੱਟੇ ਹੁੰਦੇ, ਉਹ ਤਾਂ ਬਿਲਕੁਲ ਵੀ ਕੁਦਰਤੀ ਹੈ। ਝੋਨੇ 'ਚ ਮੈਂ ਯੂਰੀਆ ਪਾਈ ਹੈ ਅਤੇ ਜ਼ਿੰਕ ਪਾਈ ਹੈ।
ਸਾਰਾ ਸਪਰੇਅ ਕੀਤਾ ਤਾਂ ਬਾਕੀ ਸਾਰੇ ਪੈਸੇ ਬਚਾ ਕੁੱਲ ਮਿਲਾ ਕੇ ਤੁਸੀਂ ਜੋ ਦੂਜਿਆਂ ਦੇ ਮੁਕਾਮ ਵਿੱਚ ਦੇਖੋ ਤਾਂ ਤੁਸੀਂ ਕਿੰਨੇ ਪੈਸੇ ਕੱਢੀ ਆ ਸੋ ਹੁਣ ਮੈਂ ਤੁਹਾਨੂੰ ਰੂਬਰੂ ਕਰਾਉਣ ਲੱਗਿਆ ਇੱਕ ਬਹੁਤ ਹੀ ਅਹਿਮ ਸ਼ਖਸੀਅਤ ਸ਼੍ਰੀ ਨਰਿੰਦਰ ਬੱਬਰ ਜੀਆਂ ਦੇ ਨਾਲ। ਨਰਿੰਦਰ ਬੱਬਰ ਜੀ ਅੱਜ ਖਾਸ ਤੌਰ 'ਤੇ ਸ਼ਾਹਜਹਾਨਪੁਰ ਯੂਪੀ ਤੋਂ ਚੱਲ ਕੇ ਆਏ ਆ, ਕੈਂਪ ਦੇ ਵਿੱਚ ਸ਼ਾਮਿਲ ਹੋਏ ਆ ਅਤੇ ਇਹਨਾਂ ਨੇ ਆਪਣੇ ਚੈਨਲ ਨਾਲ ਜੁੜਨ ਤੋਂ ਬਾਅਦ ਯੂਪੀ ਦੇ ਵਿੱਚ ਆਪਣੀ ਜਿੰਨੀ ਖੇਤੀ ਆ ਉਹਨੂੰ ਪੈਸਟੀਸਾਈਡ ਫ੍ਰੀ ਕੀਤਾ, ਇਹਨਾਂ ਦਾ ਤਜਰਬਾ ਵੀ ਸੁਣਿਆ। ਭਾਅ ਜੀ ਸਤਿ ਸ਼੍ਰੀ ਅਕਾਲ, ਤੁਸੀਂ ਪੈਸਟੀਸਾਈਡ ਫ੍ਰੀ ਖੇਤੀ ਕਰਤੀ, ਜਾਣਦੇ ਤਾਂ ਹੈ ਨਹੀਂ ਸੀ ਮੈਨੂੰ, ਕਿਵੇਂ ਜਿਗਰਾ ਜਾਣਦਾ ਨਹੀਂ ਸੀਗਾ, ਪਰ ਜਿੱਦਾਂ ਹੁਣ ਤੁਹਾਡੇ ਮਤਲਬ ਕਲਿੱਪ ਦੇਖੇ ਉਹਦੇ ਉੱਤੇ ਜੂਆ ਖੇਡਿਆ ਗੁਰਪ੍ਰੀਤ ਜੀ ਨੇ ਜੀ, ਅਤੇ ਜੂਏ ਦੇ ਵਿੱਚ ਪੱਤੇ ਸਾਰੇ ਜਿਹੜੇ ਆਪਣੇ ਹੱਕ ਦੇ ਵਿੱਚ ਸਿੱਟੇ ਆ ਹੱਕ 'ਚ, ਹਾਂਜੀ ਪਰ ਸਾਰੇ ਹੀ ਆਪਣੇ। ਕਿੰਨੀ ਪੈਲੀ? ਦੇਖੋ ਜੀ ਮੇਰੀ ਆਪਦੀ ਜਿਹੜੀ ਆ 2 ਕਿੱਲੇ ਪੈਲੀ ਆ, 4 ਕਿੱਲੇ ਮੇਰੇ ਕਜ਼ਨ ਦੀ ਆ, ਉਹ ਮਤਲਬ ਥੋੜ੍ਹੀ 15 ਕਿਲੋਮੀਟਰ ਦੂਰ ਆ, ਅਤੇ ਉਹ ਤਾਂ ਖੈਰ ਦਵਾਈਆਂ ਦੇ ਸਿਰ 'ਤੇ ਆ ਕਿਉਂਕਿ ਦੂਰ ਮਤਲਬ ਇਹ ਕੰਮ ਨਹੀਂ ਆਪਾਂ ਕਰ ਸਕਦੇ ਜ਼ਿਆਦਾ, ਬਾਕੀ ਮੇਰੀ 2 ਕਿੱਲੇ ਦੀ 2 ਕਿੱਲੇ ਪੈਲੀ ਜਿਹੜੀ ਆ ਮਤਲਬ ਤੁਹਾਡੇ ਸਪੁਰਦਗੀ ਵਿੱਚ ਜੀ। ਹਾਂਜੀ 2 ਕਿੱਲਿਆਂ ਦੇ ਵਿੱਚ ਤੁਸੀਂ ਪੈਸਟੀਸਾਈਡ ਬੰਦ ਕਰਤਾ? ਇੱਦਾਂ 8.5 ਕਿੱਲੇ ਮੇਰੇ ਕੋਲ ਝੋਨਾ ਜੀ, ਅਤੇ ਬਾਕੀ ਜਿਹੜਾ ਆ ਕੰਮ ਆ ਗਿਆ ਜੀ। ਹਾਂਜੀ ਤਾਂ 8.5 ਕਿੱਲੇ ਜਿਹੜਾ ਝੋਨਾ ਉਹ ਸਾਰਾ ਪੈਸਟੀਸਾਈਡ ਫ੍ਰੀ ਆ ਤੁਹਾਡਾ? ਹਾਂਜੀ ਬਿਲਕੁਲ। ਪਹਿਲਾਂ ਕੀ ਕੁਝ ਵਰਤਦੇ ਸੀ ਜਿਹੜਾ ਐਤਕੀ ਨਹੀਂ ਵਰਤਦੇ? ਪਹਿਲਾਂ ਤਾਂ ਉਹ ਵਰਤਦੇ ਸੀ ਜਿਹਦੇ ਬਾਰੇ ਆਪਾਂ ਨੂੰ ਨਹੀਂ ਜਾਣਕਾਰੀ ਹੁੰਦੀ ਕਿਉਂਕਿ ਪੇਟੀਆਂ ਹੀ ਭਰ ਕੇ ਦਿੱਤੀਆਂ ਦੁਕਾਨਦਾਰਾਂ ਨੇ ਜੀ, ਠੀਕ ਆ ਜੀ, ਅਤੇ ਉਹ ਬਾਅਦ 'ਚ ਝੋਨਾ ਵੱਢ ਕੇ ਜਾਂ ਕਣਕ ਵੱਢ ਕੇ ਆਪਾਂ ਜਿਹੜਾ ਫਿਰ ਦੁਕਾਨਦਾਰਾਂ ਨੂੰ ਹੀ ਦਿੰਦੇ ਰਹੇ ਹਾਂ। ਸਿੱਧੀ ਗੱਲ ਸਾਰੇ ਹੀ ਦਿੰਦੇ ਰਹੇ ਇਹ, ਮਤਲਬ ਕੋਈ ਮੈਂ ਇਕੱਲਾ ਨਹੀਂਗਾ, ਠੀਕ ਆ ਜੀ। ਅਤੇ ਉੱਦਣ ਮੈਂ ਗਿਆ ਸੀਗਾ, ਮੈਂ ਉਹ ਲੈਣੀ ਸੀਗੀ ਆਪਣੇ ਤੁਹਾਡੇ ਆ ਇੱਕ ਬਵੇਰੀਆ ਪੈਸਿਆਂ ਨਾਲ, ਮੈਂ ਉੱਥੋਂ ਲੈ ਆਉਣੀ ਸੀ ਦੁਕਾਨਦਾਰ ਦੇ, ਅਤੇ ਉਹਨੂੰ ਪੁੱਛਿਆ ਮੈਂ ਮੇਰਾ ਜਿਹੜਾ ਕੀ ਆ ਪਿਛਲੇ ਸਾਲ ਦਾ, ਜੋ ਕਹਿੰਦਾ ਤੁਸੀਂ ਦਵਾਈ ਤਾਂ ਲੈਂਦੇ ਨਹੀਂ ਗਏ ਅਤੇ ਮਤਲਬ ਝੋਨਾ ਕਿੱਦਾਂ ਵਢੋਂਗੇ? ਮੇਰਾ 35,000 ਦੇ ਲਗਭਗ ਜਿਹੜਾ ਮਤਲਬ ਉਹਦੇ 'ਚ ਡਿਫਰੈਂਸ ਆ ਜਿਹੜਾ ਪਿਛਲੇ ਸਾਲ ਤੋਂ ਅਤੇ ਐਤਕੀ। ਸੋ ਦੋਸਤੋ 8.5 ਕਿੱਲਿਆਂ ਦੀ ਖੇਤੀ ਦੇ ਕਰਦੇ ਹੋਏ ਇਹਨਾਂ ਨੇ ਇਸ ਸਾਲ ਪੈਸਟੀਸਾਈਡ ਫ੍ਰੀ ਜਦੋਂ ਉਹਨੂੰ ਕੀਤਾ ਤਾਂ ਇਹਨਾਂ ਦਾ 35,000 ਰੁਪਈਆ ਜਿਹੜਾ ਹੈਗਾ ਉਹਦੀ ਇਹਨਾਂ ਨੂੰ ਬੱਚਤ ਹੋ ਗਈ ਅਤੇ ਦੁਕਾਨਦਾਰਾਂ ਨੂੰ ਥੋੜ੍ਹਾ ਜਿਹਾ ਫਿਕਰ ਹੋਣਾ ਸ਼ੁਰੂ ਹੋ ਗਿਆ? ਨਹੀਂ ਪੂਰਾ ਫਿਕਰ ਆ ਜੀ, ਅਤੇ ਜੇ ਇੱਦਾਂ ਦੇ ਮਤਲਬ 4-6-8-10 ਉਹਨਾਂ ਦੇ ਦੁਕਾਨਦਾਰ ਕਸਟਮਰ ਇੱਦਾਂ ਦੇ ਹੋਣਗੇ ਤਾਂ ਫਿਰ ਨਿਗਰ ਨੇ ਚਾਲੂ ਆ ਦੁਕਾਨਦਾਰ ਜੀ ਜੀ। ਹਾਂਜੀ ਸੋ ਦੋਸਤੋ ਇਹ ਸਨ ਨਰਿੰਦਰ ਬੱਬਰ ਜੀ ਅਤੇ ਮੇਰੇ ਨਾਲ ਹੁਣ ਮੌਜੂਦ ਨੇ ਸਰਦਾਰ ਗੁਰਦੀਪ ਸਿੰਘ ਭਾਈ, ਪਿੰਡ ਇਹਨਾਂ ਦਾ ਭਾਈ ਰੂਪਾ ਅਤੇ ਜ਼ਿਲ੍ਹਾ ਬਠਿੰਡਾ ਹੀ ਹੈ। ਤੁਸੀਂ ਕਦੋਂ ਤੋਂ ਅਤੇ ਕਿੰਨੇ ਏਰੀਏ ਦੇ ਵਿੱਚ ਪੈਸਟੀਸਾਈਡ ਫ੍ਰੀ ਖੇਤੀ ਸ਼ੁਰੂ ਕੀਤੀ ਹੈ? ਮੈਂ ਜੀ ਪਿਛਲੇ ਸਾਲ 5 ਏਕੜ 'ਤੇ ਕੀਤੇ, ਐਤਕੀ 7 ਏਕੜ 'ਤੇ ਕਰ ਦਿੱਤੀ ਹੈ। ਪੈਸਟੀਸਾਈਡ ਮੁਕੰਮਲ ਬਿਲਕੁਲ ਬੰਦ ਹੈ, ਢੋਲੀ ਵੀ ਨਹੀਂ ਚੱਕ ਕੇ ਦੇਖੀ, ਦਾਣੇਦਾਰ ਵੀ ਨਹੀਂ ਵਰਤਿਆ, ਅਤੇ
ਖਲ ਦੀ ਵਰਤੋਂ ਕੀਤੀ ਹੈ, ਜਿਸ ਤਰ੍ਹਾਂ ਯੂਟਿਊਬ ਰਾਹੀਂ ਸੋਸ਼ਲ ਮੀਡੀਆ 'ਤੇ ਸਾਨੂੰ ਗੁਰਪ੍ਰੀਤ ਸਿੰਘ ਦੌੜੀਖਾਨੇ ਨੇ ਦੱਸਿਆ, ਉਸੇ ਤਰੀਕੇ ਨਾਲ ਅਸੀਂ ਖਲ ਦੀ ਵਰਤੋਂ ਕੀਤੀ। ਇਹ ਯੂਰੀਆ ਵੀ ਜਿਹੜੀ ਪਹਿਲਾਂ ਚਾਰ ਚਾਰ ਜਾਂ ਪੰਜ ਪੰਜ ਬੋਰੀਆਂ 'ਤੇ ਜਾਵੜਾ ਸੀ, ਹੁਣ 2.25 ਬੋਰੀਆਂ 'ਤੇ, ਉਹ ਵੀ 45 ਕਿਲੋ ਗੱਟੇ ਦੇ ਹਿਸਾਬ ਨਾਲ 2.25 ਬੋਰੀਆਂ ਦੇ ਹਿਸਾਬ 'ਤੇ ਯੂਰੀਆ ਲੈ ਜਾਂਦੀ ਹੈ। ਤੁਸੀਂ ਪੈਸਟੀਸਾਈਡ ਬੰਦ ਕਰਤਾ? ਬਿਲਕੁਲ ਜੀ। ਸਭ ਤੋਂ ਵੱਡਾ ਹੋਊਗਾ ਇਹ ਹੁੰਦਾ ਕਿ ਜੇ ਅਸੀਂ ਪੈਸਟੀਸਾਈਡ ਨਾ ਪਾਇਆ ਤਾਂ ਸਾਡਾ ਝੋਨਾ ਕੀੜੇ ਨੇ ਖਾ ਲੈਣਾ, ਫੰਗਸ ਨੇ ਖਾ ਲੈਣਾ, ਬਰਬਾਦ ਹੋ ਜਾਣਾ। ਦਾਣੇਦਾਰ ਜ਼ਹਿਰ ਤਾਂ ਖਾਸ ਤੌਰ 'ਤੇ ਲੋਕ ਪਾਉਂਦੇ ਆ ਵੀ ਆਉਣਾ ਹੀ ਨਹੀਂ ਚਾਹੀਦਾ ਕੋਈ ਕੀੜਾ, ਤੁਸੀਂ ਇਹ ਕੁਝ ਪਾਇਆ ਹੀ ਨਹੀਂ ਅਤੇ ਤੁਹਾਡਾ ਹੁਣ ਝੋਨਾ ਬਰਬਾਦ ਹੋ ਗਿਆ। ਬਿਲਕੁਲ ਨਹੀਂ, ਜੇ ਤੁਸੀਂ ਅੱਜ ਦੀ ਟਾਈਮ ਦੇ ਹੁਣ ਜੇ ਜਾ ਕੇ ਚੈੱਕ ਵੀ ਕਰਨਾ ਹੋਊ ਤਾਂ ਪੱਤੀ ਦੇ ਵਿੱਚ 21 ਹੋਊਗਾ ਝੋਨਾ, 19 ਨਹੀਂ ਹੋਊਗਾ ਜੀ। ਯਾਨੀ ਕਿ ਰੰਗ ਇੰਨਾ ਸੋਹਣਾ ਬਣਿਆ ਦਾਣੇ ਦਾ ਵੀ ਬਹੁਤ ਵਧੀਆ। ਇਹਦੇ ਉੱਪਰ 2 ਸਪਰੇਹਾਂ ਲੱਸੀ ਦੀਆਂ ਅਤੇ ਪਾਥੀਆਂ ਦੀਆਂ ਪਾਣੀ ਦੀਆਂ ਮੈਂ ਲਗਾਤਾਰ ਕੀਤੀਆਂ ਜਦੋਂ ਨਿਸਾਰੇ ਉੱਪਰ ਆਇਆ ਸੀ, ਹੋਰ ਮੈਂ ਕੁਝ ਨਹੀਂ ਕੀਤਾ ਉੱਪਰ। ਮਤਲਬ ਪੈਸਟੀਸਾਈਡ ਬੰਦ ਕਰਨ ਨਾਲ ਤੁਹਾਡੇ ਝੋਨੇ ਨੂੰ ਕੋਈ ਸਮੱਸਿਆ ਨਹੀਂ, ਸਗੋਂ ਝੋਨਾ ਸੋਹਣਾ ਹੋ ਗਿਆ? ਬਿਲਕੁਲ ਜੀ, ਬਿਲਕੁਲ। ਸੋ ਦੋਸਤੋ, ਕਿਸਾਨਾਂ ਦਾ ਤਜਰਬਾ ਧਿਆਨ ਦੇ ਨਾਲ ਸੁਣਦੇ ਰਹੋ, ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ, ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਣੀ ਚਾਹੀਦੀ ਆ, ਕਿਉਂਕਿ ਕਿਸਾਨ ਕਿਸਾਨ ਤੋਂ ਸਿੱਖ ਕੇ ਹੀ ਜਿਹੜਾ ਹੈਗਾ ਆਪਦੀ ਖੇਤੀ ਨੂੰ ਪੈਸਟੀਸਾਈਡ ਦੇ ਜੰਜਾਲ ਤੋਂ ਮੁਕਤ ਕਰ ਸਕੇਗਾ, ਆਰਥਿਕਤਾ ਦੀ ਜਿਹੜੀ ਨਿੱਗਰਦੀ ਹੋਈ ਉਹਦੀ ਹਾਲਤ ਆ ਉਹਦੇ ਤੋਂ ਬਾਹਰ ਆ ਸਕੇਗਾ। ਹੁਣ ਇੱਕ ਬਹੁਤ ਹੀ ਖਾਸ ਕਿਸਾਨ ਨੌਜਵਾਨ ਆ, ਅੱਜ ਮੈਨੂੰ ਇਹਦੀ ਪਛਾਣ ਨਹੀਂ ਹੈਗੀ, ਇਹਨਾਂ ਦਾ ਨਾਮ ਹੈਗਾ ਸਰਦਾਰ ਗੁਰਭੇਜ ਸਿੰਘ, ਜ਼ਿਲ੍ਹਾ ਮੁਕਤਸਰ, ਪਿੰਡ ਸੰਗਰਾਣਾ। ਅਤੇ ਇਹਨਾਂ ਨੇ ਝੋਨੇ ਦੀ ਉਹ ਵਰਾਇਟੀ ਲਾਈ ਹੋਈ ਹੈ ਜਿਹੜੀ ਵਰਾਇਟੀ ਬਾਰੇ ਮੰਨਿਆ ਜਾਂਦਾ ਕਿ ਇਹਨੂੰ ਸਭ ਤੋਂ ਵੱਧ ਬਿਮਾਰੀ ਪੈਂਦੀ ਹੈ, ਅਤੇ ਉਸ ਵਰਾਇਟੀ ਦਾ ਨਾਂ ਤੁਸੀਂ ਗੈਸ ਕਰੋ, ਮੈਂ ਦੱਸ ਦਿੰਦਾ, PB 1401 ਮੁੱਛਲ ਝੋਨਾ। 17 ਏਕੜ ਇਹਨਾਂ ਦਾ ਉਹ ਝੋਨਾ ਲੱਗਿਆ ਹੋਇਆ, 13 ਏਕੜ ਇਹਨਾਂ ਦੀ ਜਿਹੜੀ ਹੈਗੀ ਆ 11-21 ਬਾਸਮਤੀ ਹੈ। ਆਪਾਂ ਇਹਨਾਂ ਤੋਂ ਜਾਣਦੇ ਭਾਅ ਜੀ, ਤੁਹਾਡਾ 32 ਏਕੜ ਝੋਨਾ ਮੇਰਾ ਖਿਆਲ, ਅਤੇ ਮੈਨੂੰ ਪਤਾ ਲੱਗਿਆ ਵੀ ਤੁਸੀਂ 32 ਦੇ 32 ਏਕੜ ਹੀ ਪੈਸਟੀਸਾਈਡ ਮੁਕਤ ਕਰਤੇ। ਹਾਂਜੀ। ਐਡਾ ਜਿਗਰਾ ਕਿੱਥੋਂ? ਬਸ ਐਂ ਜੀ, ਇੱਕ ਤਾਂ ਵੀਡੀਓ ਵੇਖ ਲਈਆਂ ਤੁਹਾਡੀਆਂ, ਪਹਿਲਾਂ ਤਾਂ ਨਹੀਂ 32 ਕਰਨ ਦਾ ਇਰਾਦਾ ਸੀਗਾ, ਪਹਿਲਾਂ ਤਾਂ 1 ਕਿੱਲਾ ਹੀ ਕਰਨ ਦਾ ਇਰਾਦਾ ਸੀਗਾ, ਪਰ ਫਿਰ ਮੈਂ ਜਦੋਂ ਦਵਾਈ ਲੈਣ ਗਿਆ 10 ਕਿੱਲਿਆਂ ਦੀ ਲੈ ਆਇਆ, 10 ਕਿੱਲਿਆਂ ਦੀ ਦਵਾਈ ਲਿਆ ਕੇ ਉਸ ਤੋਂ ਬਾਅਦ ਫਿਰ ਮੈਂ ਸ਼ਾਮ ਨੂੰ ਵਿਹਲਾ ਸੀ, ਤੁਹਾਡੀਆਂ ਹੋਰ ਵੀਡੀਓ ਦੇਖੀ ਆ, ਉਹ ਸੀ ਕਿ ਮਲਟੀਪਲਾਈ ਕਰਕੇ ਵੀ ਇਹ ਚੀਜ਼ਾਂ ਹੋ ਜਾਂਦੀਆਂ। ਤੁਸੀਂ ਦਵਾਈ ਬਾਇਓ ਦੀ ਲਿਆ? ਹਾਂਜੀ, ਮੈਂ ਬਾਇਓ ਦੀ ਦਵਾਈ ਲਿਆ ਸੀਗਾ ਜੀ, ਅਤੇ ਉਹ 5 ਡੱਬਿਆਂ ਨੂੰ ਮੈਂ ਮਲਟੀਪਲਾਈ ਕਰਿਆ, ਉਹਨਾਂ ਨੂੰ ਮੰਨ ਲਓ 5 ਕਿੱਲੋ ਬਵੇਰੀਆ ਬਸਿਆਨਾ ਸੀ ਅਤੇ 5 ਕਿੱਲੋ ਹੀ ਸੂਡਾ ਬਨਾਰ ਸੀ ਜੀ, ਉਹਨੂੰ ਮੈਂ ਸਾਰੇ ਨੂੰ 32 ਕਿੱਲਿਆਂ 'ਤੇ ਸਪਰੇਅ ਕਰਤਾ ਜੀ। ਉਹਦਾ ਰਿਜ਼ਲਟ ਜੇ ਦੂਜਿਆਂ ਦਾ 20 ਦਿਨ ਰਹਿੰਦਾ ਹੈ ਤਾਂ ਉਹ ਮੈਂ ਜਿਹੜੀ ਦੂਜੀ ਸਪਰੇਅ ਆ ਉਹ 30 ਦਿਨਾਂ ਬਾਅਦ ਕਰੀ ਹੋਣੀ ਹੈ। ਉਹਦੇ ਤੋਂ ਇਲਾਵਾ ਕੋਈ ਪੈਸਟੀਸਾਈਡ ਨਹੀਂ, ਕੋਈ ਦਾਣੇਦਾਰ ਜ਼ਹਿਰ ਨਹੀਂ, ਕੁਛ ਨਹੀਂ ਜੀ। ਅਤੇ ਜਦੋਂ PB 1401 ਇੰਨੀ ਸੈਂਸਿਟਿਵ ਵਰਾਇਟੀ ਆ, ਉਹਨੂੰ ਜ਼ਿਆਦਾ ਬਿਮਾਰੀ ਪੈਂਦੀ ਹੈ, ਜ਼ਿਆਦਾ ਕੀੜਾ ਪੈਂਦਾ, ਦਿਲ ਡੋਲਿਆ ਨੇ? ਨਹੀਂ, ਡੋਲਣਾ ਕੀ ਸੀਗਾ ਜੀ, ਜਦੋਂ ਖੜਾ ਸੋਹਣਾ ਸੀਗਾ, ਜੇ ਤਾਂ ਕੋਈ ਬਿਮਾਰੀ ਆਵੇ ਆਪਾਂ ਫਿਰ ਤਾਂ ਪਾਈਏ ਜੀ, ਆਪਾਂ ਬਿਮਾਰੀ ਆਉਣ ਤੋਂ ਪਹਿਲਾਂ ਹੀ ਪਵਾ ਦਿੰਦੇ ਹਾਂ ਨਾ ਕਿ ਪ੍ਰੀਵੈਂਟਿਵ ਦੇ ਵਿੱਚ ਪਾ ਦਿਓ, ਜਦੋਂ ਕੋਈ ਚੀਜ਼ ਆਈ ਨਹੀਂ, ਬਿਨਾਂ ਬੁਖਾਰ ਚੜ੍ਹੇ ਤੋਂ ਬੁਖਾਰ ਦੀ ਗੋਲੀ ਖਾਣੀ ਹੈ, ਉਹ ਗੱਲ ਹੈ ਜੀ, ਜਦੋਂ ਕੋਈ ਬਿਮਾਰੀ ਨਹੀਂ ਆਈ ਆਪਣਾ ਦਿਲ ਕਾਹਦੇ ਨਾਲ ਡੋਲਣਾ ਸੀ। ਤਾਂ ਕੱਲ੍ਹ ਮੈਂ ਇਹਨਾਂ ਦੇ ਖੇਤ ਗਿਆ, ਇਹਨਾਂ ਦਾ ਝੋਨਾ ਦੇਖਿਆ, ਬਹੁਤ ਸੋਹਣਾ ਝੋਨਾ ਖੜਾ, ਬਾਸਮਤੀ 11-21 ਵੀ ਅਤੇ PB 1401 ਵੀ, 1.25 ਏਕੜ ਨਹੀਂ ਹੈਗਾ, 32 ਏਕੜ ਜਿਹੜਾ ਝੋਨਾ ਹੈਗਾ ਉਹ ਬਹੁਤ ਹੀ ਸੋਹਣੀ ਹਾਲਤ ਦੇ ਵਿੱਚ ਖੜਾ। ਅਤੇ ਮੈਂ ਕੱਲ੍ਹ ਉੱਥੇ ਚੱਕਰ ਵੀ ਮਾਰਿਆ, ਮੈਨੂੰ ਵਧੀਆ ਲੱਗਿਆ। 1-4 ਏਕੜ ਦਾ ਜਿਹੜਾ ਪਲੋਟ ਸੀ ਉਹ ਬਹੁਤ ਜ਼ਿਆਦਾ ਸੰਘਣਾ ਲੱਗਿਆ ਹੋਇਆ ਸੀਗਾ, ਅਤੇ ਉਹਦੇ ਵਿੱਚ ਜਿਹੜਾ ਹੈਗਾ ਉਹ ਪੰਜਾਬ ਦੀ ਲੇਬਰ ਨੇ, ਪੇਂਡੂ ਲੇਬਰ ਨੇ ਲਾਇਆ ਸੀਗਾ ਜਿਹੜਾ ਸੰਘਣਾ ਲੱਗਿਆ, ਅਤੇ ਉਹਦੇ ਵਿੱਚ ਕਿਤੇ ਕਿਤੇ ਹੋਪਰ ਦੀ ਆਮਦ ਹੋਣੀ ਸ਼ੁਰੂ ਹੋਈ ਸੀ, ਉਹ ਕੰਟਰੋਲ ਇਹਨਾਂ ਨੇ ਕੀਤੀ ਹੈ ਦੇਸੀ ਤਰੀਕੇ ਨਾਲ, ਉਹ ਤਰੀਕਾ ਕੀ ਰਿਹਾ? ਹਾਂਜੀ, ਉਹ ਇੱਕ ਤਾਂ ਕਪੂਰ ਸੀਗਾ ਜੀ, ਇੱਕ ਹੈਂਗ ਸੀ, ਉਹਦੀਆਂ ਪੋਟਲੀਆਂ ਬਣਾ ਕੇ ਤੁਸੀਂ ਦੱਸਿਆ ਸੀਗਾ ਵੀ ਇਹਨੂੰ ਰੱਖ ਦਿਓ,
ਅਤੇ ਕੋਈ ਐਡੀ ਗੱਲ ਨਹੀਂ, ਉਹ ਆਪਾਂ ਕਿੱਲੇ ਦੇ ਹਿਸਾਬ ਨਾਲ ਉਵੇਂ 50 ਗ੍ਰਾਮ ਕਪੂਰ ਅਤੇ 50 ਗ੍ਰਾਮ ਹੈਂਗ ਉਹ ਰੱਖਤੀ, ਉਹਦੇ ਨਾਲ 5-6 ਦਿਨਾਂ 'ਚ ਇੰਨਾ ਕੁ ਬੈਟਰ ਰਿਜ਼ਲਟ ਆਇਆ, ਬਾਕੀ ਕੱਲ੍ਹ ਤੁਸੀਂ ਦੇਖਿਆ ਜੀ ਆਪਾਂ ਨੂੰ ਭਾਲਿਆ ਨਹੀਂ ਪਿਆ ਉੱਪਰ। ਸੋ ਇਹਨਾਂ ਨਾਲ ਵੀ ਗੱਲ ਹੋ ਗਈ ਆ, ਅਤੇ ਤੁਸੀਂ ਭਾਅ ਜੀ ਇੱਧਰ ਆ ਜਾਓ। ਹੁਣ ਮੇਰੇ ਨਾਲ ਮੌਜੂਦ ਨੇ ਸਰਦਾਰ ਹਰਮਨਜੋਤ ਸਿੰਘ, ਪਿੰਡ ਖੋਟੇ, ਜ਼ਿਲ੍ਹਾ ਮੋਗਾ। ਹਰਮਨਜੋਤ ਮੇਰਾ ਛੋਟਾ ਭਰਾ, ਊਂ ਮੈਂ ਛੋਟਾ ਲੱਗਦਾ ਪਰ ਇਹ ਸੱਚੀ ਮੁੱਚੀ ਛੋਟਾ ਭਰਾ ਮੇਰਾ, ਅਤੇ ਸਾਡਾ ਭਰਾਵਾਂ ਵਾਲਾ ਪਿਆਰ ਆ, ਭਰਾਵਾਂ ਤੋਂ ਵੱਧ ਆ। ਹਰਮਨਜੋਤ 23 ਏਕੜ ਦੀ ਖੇਤੀ ਕਰਦੇ ਆ, 6 ਏਕੜ ਇਹਨਾਂ ਦੇ ਆਪਣੇ ਆ, ਬਾਕੀ ਜ਼ਮੀਨ ਇਹਨਾਂ ਦੀ ਠੇਕੇ 'ਤੇ ਆ। ਇਹਨਾਂ ਨੇ ਵੀ ਆਪਣੀ ਖੇਤੀ ਦਾ ਜਿਹੜਾ ਲਗਭਗ 90% ਪੈਸਟੀਸਾਈਡ ਫ੍ਰੀ ਕਰ ਦਿੱਤਾ, ਅਤੇ ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਦਾ ਕੋਈ ਨੁਕਸਾਨ ਹੈ ਜਾਂ ਉਹਦਾ ਇਹਨਾਂ ਨੂੰ ਫਾਇਦਾ ਹੋਇਆ। ਭਾਅ ਜੀ ਦੱਸੋ। ਨੁਕਸਾਨ ਦੀ ਤਾਂ ਨਹੀਂ ਮੈਂ ਗੱਲ ਕਰਾਂਗਾ, ਫਾਇਦਾ ਜ਼ਰੂਰ ਹੈ ਜੀ, ਫਾਇਦਾ 100% ਆ। ਮੈਂ ਪਿਛਲੇ ਸਾਲਾਂ 'ਚ, ਮੈਂ 6 ਸਾਲ ਹੋਇਆ ਖੇਤੀ ਕਰਦੇ ਨੂੰ, ਮੈਂ ਪਿਛਲੇ ਸਾਲਾਂ 'ਚ ਜਿਹੜਾ ਖਰਚਾ ਕਰਦਾ ਸੀ ਤਕਰੀਬਨ ਝੋਨੇ ਦੇ ਫਸਲ ਦੇ ਉੱਪਰ 1 ਏਕੜ ਦੇ ਵਿੱਚ 10 ਤੋਂ 11 ਹਜ਼ਾਰ ਰੁਪਏ ਪ੍ਰਤੀ ਏਕੜ ਮੇਰਾ ਖਰਚਾ ਆ ਜਾਂਦਾ ਸੀ, ਪਰ ਇਸ ਸਾਲ ਮੇਰਾ ਤਕਰੀਬਨ ਖਰਚਾ ਹਾਲੇ ਤੱਕ 2700-2800 ਰੁਪਇਆ ਆਇਆ, ਜਿਹਦੇ ਵਿੱਚ ਹਿੰਗ, ਮੁਸ਼ਕਪੂਰ, ਲੱਸੀ ਪਾਥੀਆਂ, ਤਾਂ ਯੂਰੀਆ ਵਗੈਰਾ ਰਲਾ ਕੇ ਜਿਹੜਾ ਕੀਤਾ, ਕੋਈ ਇਨਸੈਕਟੀਸਾਈਡ ਪੈਸਟੀਸਾਈਡ ਨਹੀਂ ਵਰਤਿਆ ਹਾਲੇ ਤੱਕ। ਤਾਂ ਜਿਹੜੀ ਮੇਰੀ ਕਿੱਲੇ ਦੀ ਮੈਂ ਆਸੇ ਪਾਸੇ ਵੀ ਦੇਖਾਂ ਜਾਂ ਆਪਦੇ ਪਿਛਲੇ ਸਾਲ ਦੇ ਖਰਚੇ ਦੀਆਂ ਕੰਪੈਰੀਜ਼ਨ ਕਰਾਂ, ਤਾਂ ਤਕਰੀਬਨ 7-8 ਹਜ਼ਾਰ ਰੁਪਈਆ ਮੇਰਾ ਬੱਚਤ ਹੋਈ ਹੈ, ਅਤੇ 23 ਕਿੱਲਿਆਂ ਦੇ ਹਿਸਾਬ ਨਾਲ ਤਕਰੀਬਨ ਇਹ 2.25 ਲੱਖ ਰੁਪਇਆ ਬਣਦਾ। ਇਹਦੇ ਪਿੱਛੇ ਸਿਹਰਾ ਜਾਂਦਾ ਬਾਈ ਗੁਰਪ੍ਰੀਤ ਦਬੜੀਖਾਨੇ ਨੂੰ ਤਕਰੀਬਨ, ਅਤੇ ਮੈਂ ਕਹਿੰਦਾ ਵੀ ਜਿਹੜਾ ਮੇਰੇ 'ਚ ਦਲੇਰੀ ਪਈ ਆ ਉਹਦੇ ਪਿੱਛੇ ਵੱਡਾ ਹੱਥ ਬਾਈ ਨਿਰਮਲ ਦਾ ਵੀ ਹੈ, ਕਿਉਂਕਿ ਕਿਸਾਨ ਦੇ ਕੋਲ ਜੇ ਇੱਕ ਮੂਹਰੇ ਕੋਈ ਉਦਾਹਰਨ ਪਈ ਹੋਵੇ ਤਾਂ ਜਿਗਰਾ ਕਰਨਾ ਸੌਖਾ ਹੋ ਜਾਂਦਾ, ਕਿਉਂਕਿ ਜੇ ਤਜਰਬੇ ਤੋਂ ਹੀ ਬੰਦਾ ਸਿੱਖਦਾ। ਬਾਈ ਨਿਰਮਲ ਦਾ ਤਜਰਬਾ ਵੀ ਸੀਗਾ, ਬਾਕੀ ਗੁਰਪ੍ਰੀਤ ਬਾਈ ਨੇ ਸਮੇਂ ਤੋਂ ਸਮੇਂ ਆਉਂਦੇ ਰਹੇ, ਵਿਜਿਟ ਕਰਦੇ ਰਹੇ ਖੇਤ 'ਤੇ, ਦੱਸਦੇ ਵੀ ਰਹੇ ਫੋਨ 'ਤੇ ਤਕਰੀਬਨ ਹਰ ਵਾਰੀ ਦੱਸਦੇ ਨੇ। ਅਤੇ ਤਕਰੀਬਨ ਮੈਂ ਦੱਸਣਾ ਚਾਹਾਂਗਾ ਸਾਰੇ ਦੋਸਤਾਂ ਨੂੰ ਕਿ ਉਹ ਜਿਹੜੀ ਪੈਸੇ ਦੀ ਬੱਚਤ ਹੋਈ ਆ ਉਹਦੇ ਨਾਲ ਆਪਾਂ ਐਕਤੀ 13x7 ਦਾ ਮਰਹਾਣੇ ਟਰਾਲਾ ਬਣਾਇਆ 2.25 ਲੱਖ ਦਾ, ਉਹ ਤਕਰੀਬਨ ਕਹਿ ਦਈਏ ਵੀ ਉਹ ਸਿਰਫ ਪੈਸਟੀਸਾਈਡ ਇਨਸੈਕਟੀਸਾਈਡ ਬਚਾ ਕੇ ਉਹ ਆਪਾਂ ਸੰਦ ਬਣਾਇਆ ਆਪਣਾ ਖੇਤੀ ਦੇ ਵਿੱਚ, ਜੇ ਕੋਈ ਵਾਧਾ ਕੀਤਾ। ਤਾਂ ਮੈਂ ਸਾਰੀ ਟੀਮ ਦਾ, ਤੁਹਾਡਾ ਬਾਈ ਗੁਰਪ੍ਰੀਤ ਬਹੁਤ ਰਿਣੀ ਹਾਂ ਮੈਂ ਇਸ ਚੀਜ਼ ਲਈ, ਪਰਮਾਤਮਾ ਦੇ ਰਿਣੀ ਹੋਣਾ ਚਾਹੀਦਾ, ਇਹ ਸਾਰੀ ਜਿਹੜੀ ਹੈਗੀ ਆ ਪਰਮਾਤਮਾ ਦੀ ਕਿਰਪਾ, ਨਹੀਂ ਤਾਂ ਮੈਨੂੰ ਕੌਣ ਜਾਣਦਾ ਅਤੇ ਮੇਰੇ 'ਤੇ ਕਿਸੇ ਨੂੰ ਭਰੋਸਾ ਕਰਨ ਦੀ ਲੋੜ ਵੀ ਕੀ ਹੈ। ਗੁਰਬਾਜ ਸਿੰਘ ਜੀ ਪਿੰਡ ਫਿੱਡੇ, ਇਹਨਾਂ ਦਾ ਜ਼ਿਲ੍ਹਾ ਵੀ ਫਿਰੋਜ਼ਪੁਰ ਹੈ। ਭਾਜੀ ਤੁਸੀਂ ਵੀ ਪੈਸਟੀਸਾਈਡ ਫ੍ਰੀ ਖੇਤੀ ਕੀਤੀ ਹੈ, ਤੁਸੀਂ ਮੈਨੂੰ ਆਹਮੋ ਸਾਹਮਣੇ ਕਦੇ ਮਿਲੇ ਨਹੀਂ, ਜਾਣਦੇ ਨਹੀਂ ਸੀ। ਇੱਕ ਬੰਦੇ ਨੂੰ ਜਿਹਨੂੰ ਤੁਸੀਂ ਆਹਮੋ ਸਾਹਮਣੇ ਮਿਲੇ ਨਹੀਂ, ਤੁਹਾਡੇ ਤੋਂ ਰਹਿੰਦਾ ਵੀ 100 ਕਿਲੋਮੀਟਰ ਪਾਸੇ ਆ, ਉਹਦੇ 'ਤੇ ਯਕੀਨ ਜਿਹਾ ਕਰਕੇ ਐਡਾ ਜਿਗਰਾ ਕਿਵੇਂ ਕੀਤਾ ਜਾ ਸਕਦਾ? ਵੀਰ ਜੀ ਤੁਹਾਡੀਆਂ ਵੀਡੀਓ ਯੂਟਿਊਬ 'ਤੇ ਸੁਣਦੇ ਸੀਗੇ, ਪਿਛਲੀ ਵਾਰ ਵੀ ਸੁਣੀਆਂ, ਇਸ ਵਾਰ ਜੇਰਾ ਕੀਤਾ ਥੋੜ੍ਹਾ ਜਿਹਾ ਵੀ ਕਰੀਏ ਕੋਸ਼ਿਸ਼ ਆਪਾਂ ਵੀ। ਹੋਰ ਵੀ ਵੀਡੀਓ ਸੁਣਦੇ ਸੀ ਵੀਰਾਂ ਦੀ, ਵੀਰ ਨਿਰਮਲਜੀਤ ਸਿੰਘ ਇਹਨਾਂ ਦੀਆਂ ਵੀਡੀਓ ਤੁਸੀਂ ਪਾਉਂਦੇ ਰਹੇ, ਵੀ ਡੋੜ ਤੋਂ ਨੇ, ਬਾਈ ਬੱਬਰ ਜੀ ਨੇ ਯੂਪੀ ਤੋਂ, ਥੋੜ੍ਹਾ ਜਿਹਾ ਹੌਂਸਲਾ ਕੀਤਾ ਆਪਾਂ ਵੀ, ਅਤੇ ਡੋਗਰ ਪੂਸਾ ਵਰਾਇਟੀ ਲਾਈ 2 ਕਿੱਲੇ, ਉਹਦੇ 'ਚ ਇਕੱਲੀ ਯੂਰੀਆ ਵਰਤੀ ਹੈ ਜੀ, 2.25 ਘੰਟੇ ਯੂਰੀਆ ਪਾਈ ਆ, ਉਹਦੇ ਤੋਂ ਇਲਾਵਾ ਹੋਰ ਕੋਈ ਦਾਣੇਦਾਰ ਜ਼ਹਿਰ ਨਹੀਂ ਪਾਇਆ, ਨਾ ਕੋਈ ਤਰਲ ਪਦਾਰਥ, ਕੋਈ ਸਪਰੇਅ ਨਹੀਂ ਕੀਤੀ, ਫੰਗੀ ਸਾਈਡ ਜਿਹੜੀਆਂ ਦਵਾਈਆਂ ਆਉਂਦੀਆਂ ਉਹਦੀ ਜਗ੍ਹਾ 'ਤੇ ਫਟਕੜੀ ਪਾਈ 2-3 ਵਾਰੀ ਕਿੱਲੇ ਦੀ। ਇੱਕ ਵਾਰੀ ਮੈਨੂੰ ਯਾਦ ਆ ਵੀ ਫੰਗਸ ਦੀ ਪ੍ਰੋਬਲਮ ਸੀ, ਮੈਂ ਤੁਹਾਨੂੰ ਫੋਟੋ ਵੀ ਭੇਜੀਆਂ ਸੀ, ਤੁਸੀਂ ਕਿਹਾ ਸੀ ਵੀ ਫੰਗਸ ਦਿਸਦੀ ਆਪਾਂ ਨੂੰ, ਪਰ ਇਹਨੂੰ ਖਾਣ ਵਾਲੀ ਵੀ ਕੋਈ ਚੀਜ਼ ਹੈ ਜਿਹੜੀ ਆਪਾਂ ਨੂੰ ਨਹੀਂ ਦਿੰਦੀ? ਅਤੇ ਉਦੋਂ ਬਾਅਦ ਆਪਾਂ ਪਾਣੀ ਦੇ ਵਿੱਚ ਫਟਕੜੀ ਘੋਲ ਕੇ ਪਾਈ ਅਤੇ ਉਹ ਜਿਹੜੀ ਫੰਗਸ ਸੀ ਉਹ ਖਤਮ ਹੋ ਗਈ ਸੀ।
ਤੇ ਹੁਣ ਝੋਨੇ ਦੀ ਕੰਡੀਸ਼ਨ ਬਹੁਤ ਵਧੀਆ ਹੈ ਜੀ। ਤਾਂ ਤੁਸੀਂ ਕਿੰਨੇ ਏਕੜ ਜਿਹੜਾ ਪੈਸਟੀਸਾਈਡ ਫ੍ਰੀ ਕੀਤਾ ਤੁਹਾਡੇ ਕਿੰਨੇ 2 ਏਕੜ ਹੈ ਜੀ। 2 ਏਕੜ ਜ਼ਮੀਨ ਆ ਜਿਹਦੇ ਵਿੱਚ ਪੈਸਟੀਸਾਈਡ ਆਪਾਂ ਨਹੀਂ ਵਰਤਿਆ ਜੀ। ਤੁਸੀਂ ਟ੍ਰਾਇਲ ਕੀਤਾ? ਹਾਂਜੀ ਜੀ। ਸੋ ਦੋਸਤੋ ਇਹ ਇੱਕ ਹੋਰ ਮਹੱਤਵਪੂਰਨ ਗੱਲ ਹੈਗੀ ਹੈ ਕਿ ਪਹਿਲਾਂ ਟ੍ਰਾਇਲ ਕਰੋ, ਜੇ ਟ੍ਰਾਇਲ ਕਾਮਯਾਬ ਹੁੰਦਾ ਤਾਂ ਫਿਰ ਸਿਰੇ ਲਾ ਦਿਓ ਗੱਲ ਕਹਾਣੀ। ਤਾਂ ਮੈਨੂੰ ਤੁਹਾਡੀ ਇਹ ਪਹੁੰਚ ਬਹੁਤ ਵਧੀਆ ਲੱਗੀ। ਤਾਂ 2 ਏਕੜ ਦੇ ਉੱਤੇ ਘੱਟੋ ਘੱਟ 6-7 ਹਜ਼ਾਰ ਰੁਪਇਆ ਤੁਹਾਡਾ ਬਚ ਗਿਆ। ਬਿਲਕੁਲ ਜੀ, ਬਿਲਕੁਲ। ਸੋ ਜੀ ਭਾਜੀ ਤੁਸੀਂ ਆ ਜਾਓ। ਭਾਜੀ ਤੁਹਾਡਾ ਸ਼ੁਭ ਨਾਮ? ਮੇਰਾ ਨਾਮ ਜਗਰਾਜ ਸਿੰਘ ਹੈ ਜੀ, ਪਿੰਡ ਕਣਕਵਾਲਾ, ਦਮਦਮਾ ਸਾਹਿਬ, ਤਲਵੰਡੀ ਸਾਬੋ। ਖਾਸ ਤੌਰ 'ਤੇ ਤਲਵੰਡੀ ਸਾਬੋ ਤੋਂ ਚੱਲ ਕੇ ਆਏ ਆ ਦਮਦਮਾ ਸਾਹਿਬ, ਕਣਕਵਾਲ ਪਿੰਡ ਇਹਨਾਂ ਦਾ, ਜ਼ਿਲ੍ਹਾ ਬਠਿੰਡਾ ਹੀ ਪੈ ਗਿਆ। ਹਾਂਜੀ, ਬਠਿੰਡਾ। ਕਿੰਨੇ ਏਕੜ 'ਚ ਕਿੰਨੇ ਸਮੇਂ ਤੋਂ ਕੁਦਰਤ ਪੈਸਟੀਸਾਈਡ ਫ੍ਰੀ ਖੇਤੀ ਕਰਦੇ ਪਏ ਹੋ? ਜੇ ਕੁਦਰਤੀ ਖੇਤੀ ਵੀ ਸ਼ੁਰੂ ਕੀਤੀ ਉਹਦੇ ਬਾਰੇ ਵੀ ਦੱਸੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਆਪਦੀ ਜ਼ਿੰਦਗੀ 'ਚ ਲਾਈਫ 'ਚ ਪਹਿਲੀ ਵਾਰ ਖੇਤੀ ਕਰੀ ਹੈ ਜੀ ਝੋਨੇ ਦੀ। 2 ਕਿੱਲੇ ਕਰਿਆ ਜੀ, 10 ਕਿੱਲੇ ਜ਼ਮੀਨ ਹੈ ਮੇਰੇ ਕੋਲ ਜੀ। ਮੈਂ ਆਪ 2 ਕਿੱਲੇ ਕਰਦਾ ਜੀ ਜੀ। ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ 20 ਕਿਲੋਮੀਟਰ ਮੇਰਾ ਪਿੰਡ ਹੈ ਜੀ ਕਣਕਵਾਲ ਜੀ। ਅਤੇ ਉੱਥੇ ਜ਼ਮੀਨ ਮੈਂ ਠੇਕੇ 'ਤੇ ਦਿੱਤੀ ਹੋਈ ਹੈ ਅਤੇ ਤਲਵੰਡੀ ਸਾਬੋ ਲਈ ਹੈ ਜੀ ਮੈਂ। ਗੁਰੂ ਗੋਬਿੰਦ ਸਿੰਘ ਰਿਫਾਇਨਰੀ ਹੈ ਜਿਹੜੀ ਓਇਲ, ਉਹਦੇ 'ਚ ਮੇਰਾ ਵਾਹਣ ਆਇਆ ਸੀ ਅਤੇ ਮੈਂ ਤਲਵੰਡੀ ਸਾਬੋ 2 ਕਿੱਲੇ ਲਏ ਜੀ। ਉੱਥੇ ਮੈਂ ਪਹਿਲੀ ਵਾਰ ਕਰ ਰਿਹਾ ਜੀ ਜ਼ਿੰਦਗੀ 'ਚ। ਕਣਕ ਮੈਂ ਪਹਿਲੀ ਵਾਰ ਬੀਜੀ ਸੀ ਅਤੇ ਝੋਨਾ ਆਪਣੇ ਕੋਲ ਕੋਈ ਐਕਸਪੀਰੀਅੰਸ ਨਹੀਂ ਸੀ ਪਿਛਲਾ, ਖੇਤੀ ਦਾ ਆਪਾਂ ਨੂੰ ਉੜਾ ਉੜਾ ਵੀ ਨਹੀਂ ਆਉਂਦਾ ਸੀਗਾ ਜੀ। ਅਤੇ ਪਿੰਡ 'ਚ ਤਾਂ ਰਿਸ਼ਤੇਦਾਰ ਵੀ ਮੈਨੂੰ ਕਹਿੰਦੇ ਕਹਿੰਦੇ ਤੂੰ ਕਿੱਧਰ ਪੰਗਾ ਲੈ ਲੈ, ਤੈਨੂੰ ਆਉਂਦੇ ਨਹੀਂ ਕੁਛ ਅਤੇ ਤੂੰ ਸਾਰੇ ਨੁਕਸਾਨ 'ਚ ਜਾਏਗਾ। ਚਲੋ ਜੀ, ਮੈਂ ਜਦੋਂ ਸ਼ੁਰੂ 'ਚ ਖੇਤੀ ਲੱਗਿਆ ਅਤੇ ਤੁਹਾਡੀਆਂ ਵੀਡੀਓ ਵੇਖੀਆਂ, ਅਤੇ ਫਿਰ ਉਸ ਕਰਕੇ ਆਪਾਂ ਜੇ ਕੋਈ ਕੰਮ ਕਰਨਾ ਤਾਂ ਜੇ ਮੈਂ ਮਨ ਬਣਾ ਲਿਆ ਤਾਂ ਉਸ ਚੀਜ਼ 'ਚ ਮੈਂ ਕਰਾਂ, ਵੀ ਪਿੱਛੇ ਨਹੀਂ ਹਟਦਾ। ਫਿਰ ਜਦੋਂ ਮੈਂ ਮਨ ਬਣਾ ਲਿਆ, ਤੁਹਾਡੀਆਂ ਵੀਡੀਓ ਵੇਖੀਆਂ, ਅਤੇ ਕਣਕ 'ਤੇ ਮੈਂ ਸਿਰਫ 1 ਸਪਰੇਅ ਕਰੀ ਸੀ ਸੁੰਡੀ ਵਾਲੀ, ਉਦੋਂ ਆਪਾਂ ਨੂੰ ਬਿਲਕੁਲ ਹੀ ਜਮਾਂ ਸਟਾਰਟ ਹੀ ਸੀ, ਪਹਿਲਾ ਕਦਮ ਹੀ ਵਾਹਣ 'ਚ ਰੱਖਿਆ ਸੀ। ਕਣਕ ਵੀ ਮੈਂ ਲੋਕਾਂ ਨੂੰ ਪੁੱਛ ਕੇ ਬੀਜੀ ਸੀ ਵੀ ਇਹਦਾ ਕਿੰਨਾ ਬੀਜ ਪੈਂਦਾ, ਕਿਵੇਂ ਬੀਜਣੀ ਅਤੇ ਕੀ ਕਰਨਾ। ਅਤੇ ਜਦੋਂ ਝੋਨਾ ਦਾ ਤੁਹਾਡਾ ਵੀਡੀਓ ਵੇਖੀਆਂ, 212 ਵਰਾਇਟੀ ਲੱਗੀ ਜੀ ਮੇਰੇ ਕੋਲ 2 ਕਿੱਲੇ, 11 ਜੁਲਾਈ ਨੂੰ ਲਾਇਆ ਸੀ, ਲੇਟ ਹੀ ਹੋ ਗਿਆ ਜੀ 212। ਅਤੇ ਉਹਦੇ 'ਚ ਮੈਂ 30 ਕਿਲੋ ਯੂਰੀਆ ਪਾਈ 1 ਕਿੱਲੇ ਦੀ, 1 ਵੀ ਪੈਸਟੀਸਾਈਡ ਦੀ ਸਪਰੇਅ ਨਹੀਂ ਕਰੀ ਜੀ। ਕੋਈ ਦਾਣੇਦਾਰ ਨਹੀਂ, ਦਾਣੇਦਾਰ ਕੁਛ ਵੀ ਨਹੀਂ ਪਾਇਆ। 4 ਕਿਲੋ ਦਹੀਂ ਅਤੇ 7-8 ਕਿਲੋ ਲੱਸੀ ਮਿਲਾ ਕੇ ਉਹਦੀ 2 ਵਾਰੀ ਸਪਰੇਅ ਕਰੀ, ਡੀਕੰਪੋਜ਼ਰ ਦੀ 1 ਵਾਰੀ ਸਪਰੇਅ ਕਰੀ ਜੀ, ਹੋਰ ਕੁਛ ਵੀ ਨਹੀਂ ਕਰਿਆ। ਅਤੇ ਹੁਣ ਦੀਆਂ ਮੇਰੇ ਕੋਲ ਫੋਟੋਆਂ ਹੈਗੀਆਂ, ਇੱਥੋਂ ਤਾਂ ਹੀ ਝੋਨਾ ਆਉਂਦਾ ਜੀ ਮੇਰੇ। ਕੋਈ ਸਮੱਸਿਆ, ਕੋਈ ਬਿਮਾਰੀ, ਕੋਈ ਕੀੜਾ ਪੈਸਟੀਸਾਈਡ ਨਾ ਪਾਉਣ ਕਾਰਨ ਕਰਕੇ 1% ਵੀ ਨਹੀਂ ਆਇਆ ਜੀ, ਪੱਤਾ ਲਪੇਟ ਕੋਈ ਡਰ ਹੀ ਨਹੀਂ। ਉਦੋਂ ਤਾਂ ਆਪਾਂ ਕੁਛ ਕਰਨਾ ਹੀ ਨਹੀਂ ਸੀ ਅਤੇ ਉਹ ਸੀ ਵੀ ਕਿਤੇ ਕਿਤੇ ਜਮਾਂ ਕੁਛ ਵੀ ਨਹੀਂ ਆਇਆ। ਬਹੁਤ ਵਧੀਆ ਮਿਹਰਬਾਨੀ ਰਹੀ ਪਰਮਾਤਮਾ ਦੀ, ਅਤੇ ਤੁਹਾਡੇ ਮਤਲਬ ਨੌਲੇਜ ਲੈ ਕੇ ਚੱਲਦੇ ਰਹੇ, ਅਤੇ ਅੱਗੇ ਹੁਣ ਤਾਂ ਆਪਾਂ ਹੋਰ ਵੀ ਕਰੜੇ ਹੋਵਾਂਗੇ। ਠੀਕ ਰਿਹਾ ਤੁਹਾਡਾ? ਹਾਂਜੀ ਠੀਕ ਰਿਹਾ, ਬਹੁਤ ਵਧੀਆ। ਤੁਸੀਂ 5-7 ਹਜ਼ਾਰ ਰੁਪਇਆ ਬਚਾਇਆ? ਹਾਂਜੀ, ਮਤਲਬ ਪੈਸਿਆਂ ਤਾਂ ਹਜੇ ਮੈਨੂੰ ਐਕਸਪੀਰੀਅੰਸ ਹੀ ਨਹੀਂ ਜੀ ਪਿੱਛੇ ਕਿੰਨਾ ਖਰਚਾ ਹੁੰਦਾ ਅਤੇ ਮੈਂ ਕਿੰਨਾ ਬਚਾਇਆ। ਦੇਖੀਏ ਤਾਂ ਇੰਨੇ ਕੁ ਪੈਸੇ ਖਰਚ ਹੋਣ। ਹਾਂਜੀ ਜੀ, ਸ਼ੁਕਰੀਆ ਭਾਜੀ। ਭਾਜੀ ਤੁਹਾਡਾ ਕੀ ਸ਼ੁਭ ਨਾਮ ਆ, ਕਿਹੜਾ ਪਿੰਡ ਅਤੇ ਕਿਹੜਾ ਜ਼ਿਲ੍ਹਾ? ਮੇਰਾ ਨਾਮ ਦਲਜੀਤ ਸਿੰਘ ਹੈ ਜੀ, ਪਿੰਡ ਮੇਰਾ ਮਾਣੂਕਲ ਹੈ, ਜ਼ਿਲ੍ਹਾ ਮੋਗਾ ਦੇ ਵਿੱਚ ਹੈ ਜੀ। ਤੁਸੀਂ ਅੱਜ ਖਾਸ ਤੌਰ 'ਤੇ ਕੈਂਪ ਦੇ ਵਿੱਚ ਆਏ? ਹਾਂਜੀ। ਅਤੇ ਤੁਹਾਨੂੰ ਬੇਨਤੀ ਆ ਕਿ ਤੁਸੀਂ ਸਾਰੇ ਪਿੱਛੇ ਆ ਜਾਓ, ਲੋਕ ਕਹਿਣਗੇ ਵੀ ਆਪਦੀ ਗੱਲ ਕਹਿ ਕੇ ਅਤੇ ਪੱਤਰੀ ਵਾਚ ਗਏ। ਤਾਂ ਮਾਣੂ ਕਿਆ ਗਿੱਲ ਤੁਹਾਡਾ ਪਿੰਡ ਆ? ਹਾਂਜੀ। ਕਿੰਨੇ ਰਕਬੇ 'ਚ ਤੁਸੀਂ ਪੈਸਟੀਸਾਈਡ ਫ੍ਰੀ ਖੇਤੀ ਕੀਤੀ ਆ? ਆਪਣੇ ਕੋਲ 2 ਕਿੱਲੇ। ਕਿੰਨੇ ਸਮੇਂ ਤੋਂ ਕਰਦੇ ਪਏ? ਆਪਣੇ ਕੋਲ 2 ਕਿੱਲੇ ਆ ਜੀ, 2 ਕਿੱਲੇ ਆਪਾਂ ਐਤਕੀ ਪੂਰਾ ਪੈਸਟੀਸਾਈਡ ਫ੍ਰੀ ਕਰ ਦਿੱਤੇ, ਕਿਉਂਕਿ ਮੈਂ ਪਹਿਲਾਂ ਦੁਬਈ ਦੇ ਵਿੱਚ ਸੀਗਾ, ਮੈਨੂੰ ਪਤਾ ਨਹੀਂ ਸੀ। ਅਤੇ ਇਸ ਟਾਈਮ ਮੈਂ ਜਦੋਂ ਵੀ ਪਨੀਰੀ ਲਾਈ ਹੈ ਉਸ ਟਾਈਮ ਮੈਂ ਇੱਥੇ ਇੰਡੀਆ ਆਇਆ ਸੀ, ਅਤੇ ਆ ਕੇ ਮੈਂ ਇੱਥੇ ਉਹ ਖੇਤੀ ਬੜੀ ਸ਼ੁਰੂ ਕੀਤੀ ਝੋਨੇ ਦੀ।
ਤਾਂ ਤੁਸੀਂ ਉਹਨੂੰ ਪੈਸਟੀਸਾਈਡ ਫ੍ਰੀ ਰੱਖਿਆ? ਹਾਂਜੀ ਬਿਲਕੁਲ ਫ੍ਰੀ, ਕੁਝ ਵੀ ਨਹੀਂ ਪਾਇਆ, ਨਾ ਦਾਣੇਦਾਰ ਨਾ ਤਾਂ ਨਾ ਨਾ ਕੁਝ ਨਹੀਂ ਪਾਇਆ, ਸਿਰਫ ਪੌਣੇ ਦੋ ਘੰਟੇ ਯੂਰੀਏ ਦੇ ਪਾਏ ਜੀ ਕਿੱਲੇ ਮਗਰ। ਤੇ ਤੁਹਾਨੂੰ ਪੈਸਟੀਸਾਈਡ ਫ੍ਰੀ ਰੱਖਣ ਕਰਕੇ ਝੋਨੇ ਦੇ ਵਿੱਚ ਕੋਈ ਨੁਕਸਾਨ ਹੋਇਆ? ਨਹੀਂ ਬਿਲਕੁਲ ਨਹੀਂ ਹੋਇਆ, ਐਨ ਵਧੀਆ ਝੋਨਾ ਸਾਡਾ ਫਸਟ ਕਲਾਸ। ਲੋਕਾਂ ਦੇ ਮੁਕਾਬਲੇ 'ਚ 19 ਆ ਕਿ 21 ਆ ਕਿ ਬਰਾਬਰ ਆ? ਬਿਲਕੁਲ ਬਰਾਬਰ, ਇੰਨਾ 19 ਕਹਿ ਸਕਦੇ 21 ਕਹਿ ਸਕਦੇ ਹਾਂ ਜੀ, ਕਿਉਂਕਿ ਆਪਣਾ ਤਜਰਬਾ ਐਤਕੀ ਪਹਿਲੀ ਵਾਰ ਰਾਖ ਹੋ ਰਿਹਾ ਜੀ। ਹਾਂਜੀ ਪਾਣੀ ਵੀ ਆਪਾਂ ਖਾਸ ਕਰਕੇ ਲਾਉਂਦੇ ਰਹੇ ਹਾਂ ਜੀ, ਕੋਈ ਬਿਮਾਰੀ ਵੀ ਨਹੀਂ ਪਈ, ਕਹਿ ਕੇ ਝੋਨਾ ਵਿਰਲਾ ਲਵਾਇਆ ਜੀ ਆਪਾਂ। ਆਮ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ? ਆਮ ਕਿਸਾਨਾਂ ਨੂੰ ਇਹੀ ਕਹਿਣਾ ਚਾਹੂੰਗੀ ਜਿੰਨਾ ਵੱਧ ਤੋਂ ਵੱਧ ਆਪਾਂ ਹੋ ਸਕਦਾ ਵਿਰਲਾ ਲਾਈਏ ਅਤੇ ਆਪਾਂ ਪੈਸਟੀਸਾਈਡ ਫ੍ਰੀ ਕਰੀਏ। ਇਹ ਸਾਰੀ ਗੱਲਬਾਤ ਤੁਹਾਨੂੰ ਕਿੱਥੋਂ ਸੁੱਝੀ ਵਿਰਲਾ ਲਾਉਣਾ ਪੈਸਟੀਸਾਈਡ ਦੀ? ਉਹ ਮੈਂ ਤੁਹਾਡੀਆਂ ਜਦੋਂ ਵੀ ਗੱਡੀ ਡਰਾਈਵ ਕਰਦਾ ਹੁੰਦਾ ਸੀਗਾ ਜੋ ਫ੍ਰੀ ਹੁੰਦੇ ਸੀਗੇ, ਉਸ ਟਾਈਮ ਤੁਹਾਡੀਆਂ ਵੀਡੀਓ ਜ਼ਿਆਦਾਤਰ ਵੇਖਦਾ ਰਹਿੰਦਾ ਸੀਗਾ, ਕਿਉਂਕਿ ਇੰਡੀਆ ਆਉਣਾ ਸੀਗਾ ਪੱਕਾ ਹੀ ਮਿੱਥਿਆ ਵਾ ਸੀਗਾ, ਅਤੇ ਉਹ ਵੇਖਦੇ ਰਹਿੰਦੇ ਸੀਗੇ ਅਤੇ ਉਹਨਾਂ ਗੱਲਾਂ ਤੁਹਾਡਾ ਪਤਾ ਲੱਗਿਆ ਅਤੇ ਤੁਹਾਡੀ। ਗੁਰਪ੍ਰੀਤ ਜੀ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਸੀਗਾ, ਮੇਰੇ ਖੇਤ ਦੇ ਵਿੱਚ ਬਿਮਾਰੀ ਆਉਣ ਨਾ ਆਉਣ ਦਾ ਇੱਕ ਬਹੁਤ ਵੱਡੀ ਵਜ੍ਹਾ ਇੱਕ ਹੋਰ ਵੀ ਹੈ, ਖਾਦ ਮੈਂ 30 ਦਿਨਾਂ ਤੋਂ ਪਹਿਲਾਂ ਪਾਤੀ ਜੀ। ਸਭ ਤੋਂ ਵੱਡੀ ਮੈਂ ਇੱਕ ਰੀਜ਼ਨ ਇਹ ਵੀ ਸਮਝਦਾ ਵੀ ਖਾਦ ਜਿੰਨੀ ਛੇਤੀ ਪੈ ਗਈ ਆ ਉਨੀ ਛੇਤੀ ਹੀ ਜਿਹੜਾ ਮਤਲਬ ਇਹ ਮਤਲਬ ਉਸ ਚੀਜ਼ ਦੇ ਉੱਤੇ ਕੰਟਰੋਲ ਰਿਹਾ ਬਹੁਤ ਜ਼ਿਆਦਾ। ਤੇ ਤੁਸੀਂ ਪਿਛਲੇ ਸੀਜ਼ਨਾਂ 'ਚ ਖਾਦ ਕਦੋਂ ਪੂਰੀ ਕਰਦੇ ਸੀ? ਇਹ ਤਾਂ ਮਤਲਬ ਜਦੋਂ ਨਸਾਰੇ ਤੋਂ ਪਹਿਲਾਂ ਹੀ ਪਾਈ ਜਾਂਦੇ ਸੀ ਲੋਕ, ਨਸਾਰੇ ਤੱਕ ਹੀ ਪਾਈ ਜਾਂਦੇ। ਮੈਂ 30 ਦਿਨ ਤੁਸੀਂ ਬਾਰ ਬਾਰ ਸਾਰਿਆਂ ਨੂੰ ਕਹਿੰਦੇ ਆ ਤੇ ਕੋਈ ਤਾਂ ਮੰਨੇ। ਠੀਕ ਹੈ ਹਾਂਜੀ। ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਜੀ, ਜਦੋਂ ਆਪਣਾ ਝੋਨਾ 25 ਦਿਨਾਂ ਦਾ ਹੋ ਗਿਆ ਸੀਗਾ, ਮੈਂ ਉਹਦੇ ਉੱਤੇ ਖੁਦ ਨੇ ਫੱਟੀ ਮਾਰੀ ਸੀਗੀ, ਜਿਸ ਤਰ੍ਹਾਂ ਵੀ ਤੁਸੀਂ ਭਾਅ ਜੀ ਦੱਸਿਆ। ਹਾਂ ਸੁਹਾਗੀ ਮਾਰੀ ਸੀਗੀ, ਖੁਦ ਮੈਂ ਆਪ ਇਕੱਲੇ ਨਹੀਂ ਕੀਤੀ, ਕੋਈ ਆਪਾਂ ਵੀ ਕਿਸੇ ਬੰਦੇ ਦੀ ਹੈਲਪ ਵੀ ਨਹੀਂ ਲਈ, ਆਪਾਂ ਇਕੱਲਿਆਂ ਨੇ ਕੀਤਾ ਜੋ ਵੀ ਕੀਤਾ ਜੀ ਸਾਰਾ ਕੁਛ। ਉਹਦਾ ਵੀ ਫਾਇਦਾ? ਉਹਦਾ ਵੀ ਬਹੁਤ ਫਾਇਦਾ, ਨਾ ਹੀ ਜਿਹੜਾ ਹੁਣ ਪਿੱਛੇ ਮੀਂਹ ਪਿਆ ਸੀ ਉਹਦੇ ਨਾਲ ਇੱਕ ਤੀਲੀ ਵੀ ਨਹੀਂ ਡਿੱਗੀ ਆਪਣੇ ਝੋਨੇ ਜੀ। ਸੋ ਦੋਸਤੋ ਇਹ ਸਨ ਉਹ ਸਾਰੇ ਕਿਸਾਨ, ਸੈਂਕੜੇ ਕਿਸਾਨ ਆ, ਉਹਨਾਂ ਦੇ ਵਿੱਚੋਂ ਕੁਝ ਅੱਜ ਇੱਥੇ ਹਾਜ਼ਰ ਹੋਏ ਆ ਅਤੇ ਇਹਨਾਂ ਨੇ ਆਪਣੀ ਖੇਤੀ ਨੂੰ ਪੈਸਟੀਸਾਈਡ ਫ੍ਰੀ ਕੀਤਾ ਵੱਡੇ ਪੱਧਰ 'ਤੇ। ਅਤੇ ਤੁਹਾਨੂੰ ਧਿਆਨ 'ਚ ਆ ਗਿਆ ਹੁਣ ਇਹਨਾਂ ਦਾ 150 ਏਕੜ ਤੋਂ ਜ਼ਿਆਦਾ ਰਕਬਾ ਤਾਂ 200 ਏਕੜ ਦੇ ਆਸੇ ਪਾਸੇ ਰਕਬਾ ਇਸ ਵੇਲੇ ਪੈਸਟੀਸਾਈਡ ਫ੍ਰੀ ਜਿਹੜਾ ਇਹਨਾਂ ਨੇ ਕਰ ਰੱਖਿਆ, ਉਹਨਾਂ ਕਿਸਾਨਾਂ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾ ਦਿੱਤੀ ਹੈ। ਇਹ ਇੱਕ ਵੱਡੀ ਗੱਲ ਹੈ ਕਿ ਬਦਲਾਅ ਸ਼ੁਰੂ ਹੋ ਗਿਆ, ਆਪਾਂ ਇੱਕ ਅਲਖ ਜਗਾਈ, ਲੋਕਾਂ ਨੇ ਉਹਦੇ 'ਤੇ ਭਰੋਸਾ ਕੀਤਾ, ਉਸ ਭਰੋਸੇ ਨੂੰ ਅਮਲੀ ਰੂਪ 'ਚ ਆਪਣੇ ਖੇਤਾਂ ਦੇ ਵਿੱਚ ਲਾਗੂ ਕੀਤਾ ਅਤੇ ਉਹਦੇ ਜਿਹੜੇ ਰਿਜ਼ਲਟ ਹੈਗੇ ਆ ਉਹ ਸਾਰਿਆਂ ਨੂੰ ਬਹੁਤ ਸੋਹਣੇ ਮਿਲੇ ਆ। ਅਤੇ ਹੁਣ ਮੈਂ ਤੁਹਾਨੂੰ ਜਾਂਦਾ ਜਾਂਦਾ ਇਹ ਜਿਹੜਾ ਨਿਰਮਲਜੀਤ ਸਿੰਘ ਜੀਆਂ ਦਾ ਸਾਡਾ ਪੂਰਾ ਜਿਹੜਾ 22 ਏਕੜ ਪੈਸਟੀਸਾਈਡ ਫ੍ਰੀ ਝੋਨਾ ਹੈਗਾ ਉਹ ਦਿਖਾਉਣਾ। ਤੁਸੀਂ ਇਸ ਐਂਗਲ ਤੋਂ ਲਓ ਜੀ, ਉੱਧਰੋਂ ਸੂਰਜ ਪੈਂਦਾ। ਤਾਂ ਇਹ ਜਿਹੜਾ ਝੋਨਾ ਹੈਗਾ 22 ਏਕੜ ਝੋਨਾ ਹੈਗਾ ਦੂਰ ਤੱਕ, ਇਹ ਨਿਰਮਲ ਜੀ ਕਿਹੜੀ ਵਰਾਇਟੀ ਹੈ? ਇਹ 44 ਹੈ ਜੀ, ਉੱਧਰ ਡੋਗਰ ਫੁੱਲ। ਤਾਂ ਤੁਸੀਂ ਇਹਦੇ ਥੱਲੇ ਜਿਹੜਾ ਹੈਗਾ ਤਣਿਆਂ ਤੋਂ ਲੈ ਕੇ ਉੱਪਰ ਤੱਕ ਦੇਖੋ ਇਹ ਝੋਨਾ ਲੱਗਿਆ ਕਿੰਨਾ ਵਿਰਲਾ ਹੋਇਆ। ਜਿਹੜੇ ਸਾਡੇ ਕਿਸਾਨ ਆ ਉਹ ਜੋ ਕਹਿੰਦੇ ਆ ਉਹ ਕਮਾਉਂਦੇ ਆ, ਅਤੇ ਇਹਦੀ ਮੁੰਜਰ ਵੀ ਦੇਖ ਲਓ ਵਧੀਆ ਪਕਾ ਹੈਗਾ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈਗੀ। ਅਤੇ 3 ਸਾਲਾਂ ਤੋਂ ਇਸ ਖੇਤ ਦੇ ਵਿੱਚ ਜਿਹੜਾ ਸਾਡਾ ਝੋਨਾ ਹੈਗਾ ਉਹ ਪੈਸਟੀਸਾਈਡ ਫ੍ਰੀ ਹੈ। ਪੰਜਾਬ ਦੇ ਕਿਸਾਨ ਜਾਗਰੂਕ ਹੋਣੇ ਸ਼ੁਰੂ ਹੋ ਚੁੱਕੇ ਆ, ਜੇ ਇਹ ਪੈਸਟੀਸਾਈਡ ਫ੍ਰੀ ਖੇਤੀ ਕਰ ਸਕਦੇ ਆ ਦੋਸਤੋ ਤਾਂ ਆਪਾਂ ਸਾਰੇ ਪੈਸਟੀਸਾਈਡ ਫ੍ਰੀ ਖੇਤੀ ਕਰ ਸਕਦੇ ਹਾਂ। ਪੈਸਟੀਸਾਈਡ ਫ੍ਰੀ ਖੇਤੀ ਕਰਨਾ ਸਮੇਂ ਦੀ ਲੋੜ ਹੈ, ਕੰਪਨੀਆਂ ਦੇ ਜੰਜਾਲ 'ਚੋਂ ਨਿਕਲਣਾ, ਯੂਨੀਵਰਸਿਟੀਆਂ ਦੇ ਜੰਜਾਲ 'ਚੋਂ ਨਿਕਲਣਾ, ਖੇਤੀਬਾੜੀ ਮਹਿਕਮੇ ਦੇ ਜੰਜਾਲ 'ਚੋਂ ਨਿਕਲਣਾ, ਜਿਹੜੇ ਕਿ ਕਮਿਸ਼ਨ ਖੋਰ ਲੋਕ ਉੱਥੇ ਬੈਠੇ ਹੋਏ ਆ 99%,
ਉਹਨਾਂ ਦੇ ਜੰਜਾਲ 'ਚੋਂ ਨਿਕਲਣਾ ਪੰਜਾਬ ਨੂੰ ਇਸ ਵੇਲੇ ਵੱਡੀ ਲੋੜ ਹੈ। ਇਸ ਕਰਕੇ ਆਪਣੀ ਸਮਝ ਵਧਾਓ, ਆਪਣਾ ਗਿਆਨ ਵਧਾਓ, ਆਪਣੀ ਸਮਝ ਅਤੇ ਗਿਆਨ ਦੇ ਨਾਲ ਖੇਤੀ ਕਰੋ, ਤੁਹਾਨੂੰ ਧਿਆਨ 'ਚ ਆਊਗਾ ਤੁਹਾਡੀ ਖੇਤੀ ਬਿਨਾਂ ਕੋਈ ਹੀਲਾ ਵਸੀਲਾ ਕੀਤੇ ਹੀ ਪੈਸਟੀਸਾਈਡ ਫਰੀ ਹੋਣੀ ਸ਼ੁਰੂ ਹੋ ਜਾਏਗੀ। ਇਹਨਾਂ ਕਿਸਾਨਾਂ ਨੇ ਵੀ ਸਮਝ ਵਧਾਈ, ਗਿਆਨ ਵਧਾਇਆ ਅਤੇ ਆਪਣੀ ਸਮਝ ਅਤੇ ਗਿਆਨ 'ਤੇ ਭਰੋਸਾ ਕਰਕੇ ਜੇ ਕੰਮ ਕੀਤਾ ਤਾਂ ਇਹ ਪੈਸਟੀਸਾਈਡ ਫਰੀ ਖੇਤੀ ਕਰਨ ਦੇ ਵਿੱਚ ਕਾਮਯਾਬ ਹੋ ਸਕੇ। ਤੁਸੀਂ ਵੀ ਹੋ ਸਕਦੇ ਹੋ। ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ, ਚੈਨਲ ਨੂੰ ਕਰਿਓ ਸਬਸਕ੍ਰਾਈਬ। ਅੱਜ ਲਈ ਇੰਨਾ ਹੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।